ਹੱਕ ਸੱਚ ਦੀ ਕਮਾਈ ਕਰਕੇ ਕਰਨ ਦੁਨੀਆਂ ਉੱਤੇ ਸਰਦਾਰੀ। ਹੱਕ ਸੱਚ ਦੀ ਕਮਾਈ ਕਰਕੇ ਕਰਨ ਦੁਨੀਆਂ ਉੱਤੇ ਸਰਦਾਰੀ, ਹਿੱਕਾਂ ਤਾਣ ਕੇ ਟੌਰ ਨਾਲ ਤੁਰਦੇ ਅਤੇ ਜਿੰਦ ਵਾਰ ਕੇ ਨਿਭਾਉਂਦੇ ਯਾਰੀ। ਵੱਖਰੀ ਰਹਿਣੀ ਬਹਿਣੀ, ਵੱਖਰੇ ਰੰਗ ਪੰਜਾਬੀਆਂ ਦੇ, ਪੂਰੀ ਦੁਨੀਆ ਜਾਣੇ ਵੱਖਰੇ ਢੰਗ ਪੰਜਾਬੀਆਂ ਦੇ। ਜੀ, ਪੰਜਾਬੀਆਂ ਦੇ ਵੱਖਰੇ ਢੰਗ ਲੈ ਕੇ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਲਾਈਵ ਸ਼ੋਅ ਦੇ ਵਿੱਚ ਕਰਾਂਗੇ। ਗੱਲਾਂ ਬਾਤਾਂ ਨਾਲ ਦੇ ਨਾਲ ਉੱਡਦੀਆਂ ਖਬਰਾਂ ਹੋਣਗੀਆਂ ਅਤੇ ਕੋਈ ਨਾ ਕੋਈ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਖਬਰਾਂ ਦੀ ਗੱਲ ਕਰੀਏ ਤਾਂ ਪਹਿਲਾਂ ਮੈਂ ਅਵੇਅਰ ਕਰ ਦੇਵਾਂ ਸਾਡੇ ਦਰਸ਼ਕਾਂ ਨੂੰ, ਮੇਰਾ ਫਰਜ਼ ਬਣਦਾ। ਇੱਕ ਵਾਇਰਸ ਚੱਲਿਆ, ਕਰੋਨਾ ਵਾਇਰਸ, ਪਤਾ ਹੋਏਗਾ ਸਭ ਨੂੰ, ਖਬਰਾਂ ਦੇ ਵਿੱਚ ਅਕਸਰ ਆਉਂਦਾ, ਅਕਸਰ ਦੇਖਣ ਸੁਣਨ ਨੂੰ ਉਹਦੀਆਂ ਗੱਲਾਂ ਮਿਲਦੀਆਂ ਨੇ। ਚਾਈਨਾ ਤੋਂ ਆਇਆ, ਵੈਸੇ ਤਾਂ ਹਰ ਚੀਜ਼ ਕੋਈ ਅਮੈਰੀਕਾ ਦੇ ਵਿੱਚ ਚਾਹੇ ਚੱਕ ਲਓ, ਚਾਹੇ ਹਾਂਗਕਾਂਗ ਚੱਕ ਲਓ, ਚਾਹੇ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਚੀਜ਼ ਚੱਕ ਲਓ, ਚਾਈਨਾ ਦੀ ਹੁੰਦੀ ਹੈ, ਇਹ ਵੀ ਚਾਈਨਾ ਦਾ ਹੀ ਆ। ਔਰ ਚਾਈਨਾ ਦੇ ਵਿੱਚੋਂ ਆਇਆ ਤਾਂ ਪਰ ਇਹਨੇ ਤਬਾਹੀ ਕਹਿੰਦੇ ਹੌਲੀ ਹੌਲੀ ਪਾਸੇ ਆਸੇ ਪਾਸੇ ਵੀ ਫੈਲਾ ਰਿਹਾ, ਚਾਈਨਾ ਦੇ ਵਿੱਚ ਕਾਫੀ ਨੁਕਸਾਨ ਹੋਇਆ। ਸੋ ਬੇਨਤੀ ਇਹ ਹੈ ਵੀ ਜੇ ਸਫ਼ਰ ਕਰ ਰਹੇ ਹੋ ਕਿਤੇ, ਚਾਹੇ ਇੰਡੀਆ ਨੂੰ ਜਾਂਦੇ ਹੋ ਚਾਹੇ ਕਿਤੇ ਹੋਰ ਜਾਂਦੇ ਹੋ, ਤਾਂ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ, ਬਹੁਤ ਜ਼ਿਆਦਾ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਲੋੜ ਹੈ। ਇਹ ਵਾਇਰਸ ਐਸਾ ਕਹਿੰਦੇ ਵੀ ਜਿਹੜਾ ਇਹਦੀ ਲਪੇਟ ਦੇ ਵਿੱਚ ਆ ਜਾਂਦਾ ਤਾਂ ਬਚਣਾ ਉਹਦਾ ਮੁਸ਼ਕਲ ਹੋ ਜਾਂਦਾ। ਉਹਦੇ ਹੱਲ ਅਕਸਰ ਦੱਸਦੇ ਰਹਿੰਦੇ ਆ ਸਾਰੇ ਲੋਕ, ਕਿਹਾ ਇੱਕ ਤਾਂ ਕਿਸੇ ਨਾਲ ਹੱਥ ਨਾ ਮਿਲਾਓ, ਇੱਕ ਹੱਥ ਧੋਵੋ ਕਿਤੇ ਵੀ ਜਾਣ ਆਉਣ ਤੋਂ ਪਹਿਲਾਂ, ਫੇਸ ਦੇ ਉੱਪਰ ਆਪਣਾ ਲਾ ਕੇ ਰੱਖੋ ਨਕਾਬ ਵਗੈਰਾ ਜਾਂ ਕੁਛ ਜੋ ਮੂੰਹ 'ਤੇ ਆਪਾਂ ਲਾ ਕੇ ਰੱਖਦੇ ਹਾਂ। ਸੋ ਇੱਕ ਕਹਿੰਦੇ ਵੀ ਨੌਨ ਵੈਜ ਜਿਹੜਾ ਹੈਗਾ ਉਹ ਵੀ ਅੱਜ ਕੱਲ੍ਹ ਅਵੋਇਡ ਕਰਨਾ ਚਾਹੀਦਾ, ਜਿਹੜੇ ਨੌਨ ਵੈਜ ਖਾਂਦੇ ਨੇ, ਨੌਨ ਵੈਜ ਦੇ ਵਿੱਚ ਵੀ ਕਾਫੀ ਮਾਤਰਾ 'ਚ ਇਹਦੇ ਕਣ ਹੁੰਦੇ ਆ। ਚਲੋ, ਬਾਕੀ ਤੁਸੀਂ ਸਿਆਣੇ ਹੋ। ਅਗਲੀ ਗੱਲ ਕਰੀਏ, ਇੱਕ ਵਾਇਰਸ ਨੁਕਸਾਨ ਕਰ ਰਿਹਾ ਅਤੇ ਇੱਕ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਟਿੱਡੀ ਦਲ ਨੁਕਸਾਨ ਕਾਫੀ ਕਰ ਰਿਹਾ, ਬਹੁਤ ਡਰੇ ਹੋਏ ਨੇ ਕਿਸਾਨ। ਪਹਿਲਾਂ ਵੀ ਮੈਂ ਗੱਲ ਕੀਤੀ ਸੀ, ਵੈਸੇ ਤਾਂ ਦੇਖਿਆ ਜਾਵੇ ਦਲ ਜਿੰਨੇ ਵੀ ਨੇ, ਚਾਹੇ ਉਹ ਟਿੱਡੀ ਦਲ ਹੈ, ਚਾਹੇ ਰਾਜਨੀਤਿਕ ਦਲ ਹੈ ਅਤੇ ਚਾਹੇ ਕੋਈ ਹੋਰ ਦਲ ਹੈ, ਇਹ ਕਰਦੇ ਨੁਕਸਾਨ ਹੀ ਹੈ ਜੀ ਸਾਡੇ ਪੰਜਾਬ ਦਾ। ਇਹਨਾਂ ਦਲਾਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ, ਹਿਸਾਬ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸੋ ਆਪਾਂ ਹੁਣ ਚੱਲਦੇ ਹਾਂ ਉੱਡਦੀਆਂ ਖਬਰਾਂ ਦੇ ਵੱਲ। ਉੱਡਦੀਆਂ ਖਬਰਾਂ ਦੀ ਗੱਲ ਕਰੀਏ ਤਾਂ ਅੱਜ ਪੰਜ ਚਾਰ ਖਬਰਾਂ ਹੈਗੀਆਂ ਨੇ, ਕੁਛ ਆਪਣੇ ਮੁਲਕ ਦੀਆਂ, ਕੁਛ ਬਾਹਰ ਲੀਆਂ। ਸਭ ਤੋਂ ਪਹਿਲੀ ਖਬਰ ਚਲੋ ਆਪਣੇ ਮੁਲਕ ਦੀ ਪੜ੍ਹ ਲੈਂਦੇ ਹਾਂ। ਕਿਸੇ ਨੇ ਪਹਿਲਾਂ ਮੈਂ ਗੱਲ ਕੀਤੀ ਸੀ ਕਿਸੇ ਏਅਰਪੋਰਟ ਦੀ ਜਾਂ ਕਿਸੇ ਦੀ, ਤਾਂ ਹੁਣ ਮੈਂ ਗੱਲ ਕਰਦਾ ਵੀ ਕਿਸੇ ਨੇ ਏਅਰਲਾਈਨ ਖਰੀਦਣੀ ਹੋਵੇ, ਏਅਰਲਾਈਨ ਦਾ ਬਿਜ਼ਨਸ ਕਰਨਾ ਹੋਵੇ ਤਾਂ ਬਿਲਕੁਲ ਇੱਕ ਏਅਰਲਾਈਨ ਤਿਆਰ ਹੈ, ਵਿਕਣ ਦੇ ਕਿਨਾਰੇ ਹੈ, ਉਹਦਾ ਨਾਂ ਜੀ ਏਅਰ ਇੰਡੀਆ। ਮੇਰਾ ਖਿਆਲ ਹੌਲੀ ਹੌਲੀ ਸਾਰਾ ਕੁਝ ਦੇਸ਼ ਦਾ ਵੇਚਣਾ ਸ਼ੁਰੂ ਕਰ ਦੇਣਗੇ। ਏਅਰ ਇੰਡੀਆ ਨੂੰ ਵੀ ਪ੍ਰਾਈਵੇਟ ਕਰਨ ਜਾ ਰਹੀ ਹੈ ਸਰਕਾਰ, ਪਹਿਲਾਂ ਬਿਜਲੀ ਪ੍ਰਾਈਵੇਟ ਕਰਤੀ ਹੈ, ਹੁਣ ਏਅਰ ਇੰਡੀਆ ਨੂੰ ਪ੍ਰਾਈਵੇਟ ਕਰਨ ਜਾ ਰਹੀ ਹੈ। ਹੌਲੀ ਹੌਲੀ ਹੋ ਸਕਦਾ ਕਹਿਣ ਵੀ ਚੱਲ ਤੂੰ ਯਾਰ ਸਾਲ ਲਈ ਪ੍ਰਧਾਨ ਮੰਤਰੀ ਬਣ ਜਾ ਪ੍ਰਾਈਵੇਟ, ਕੋਈ ਨਹੀਂ ਤੈਨੂੰ ਫਿਰ ਆਪਾਂ ਐਂ ਕਰ, ਤੂੰ ਇੰਨਾ ਕੁ ਪੈਸਾ ਦੇ ਦੀ ਤੈਨੂੰ ਪ੍ਰਾਈਵੇਟ ਪ੍ਰਧਾਨ ਮੰਤਰੀ ਬਣਾ ਲੈਂਦੇ ਹਾਂ। ਏਅਰ ਇੰਡੀਆ ਵਿਕਾਊ ਹੈ ਜੀ। ਖਬਰ ਇਹ ਹੈ ਕਿ 17 ਮਾਰਚ ਤੱਕ ਤੁਸੀਂ ਬੋਲੀ ਇਹਦੀ ਲਾ ਸਕਦੇ ਹੋ, ਕਿ ਕਿਸੇ ਨੇ ਵੀ ਜਿਹਨੇ ਲੈਣੀ ਚਾਹੁੰਦੇ ਹੋ ਏਅਰਲਾਈਨ ਇੰਡੀਆ ਦੀ, 17 ਮਾਰਚ ਤੱਕ। 88 ਸਾਲ ਪਹਿਲਾਂ ਇਹ ਟਾਟਾ ਨੇ ਸ਼ੁਰੂ ਕੀਤੀ ਸੀਗੀ ਅਤੇ 16,000 ਇਹ 'ਚ ਇੰਪਲਾਈ ਹੈ ਕੰਮ ਕਰਦੇ। ਸੋ ਭਾਈ ਦੇਖ ਲਿਓ ਕਿਸੇ ਦਾ ਮੂਡ ਬਣਦਾ ਹੋਵੇ ਤਾਂ ਲੈ ਲਓ, ਵੈਸੇ ਏਅਰਲਾਈਨ ਬਾਕੀ ਏਅਰਲਾਈਨਾਂ ਨਾਲੋਂ ਵੱਖਰੀ ਏਅਰਲਾਈਨ ਆ ਪੂਰੀ ਦੁਨੀਆ ਦੇ ਵਿੱਚ ਆਪਾਂ ਹਿਸਾਬ ਲਾਈਏ ਤਾਂ। ਹੈ ਤਾਂ ਆਪਣੇ ਮੇਰੇ ਭਾਰਤ ਮਹਾਨ ਦੀ ਏਅਰਲਾਈਨ, ਪਰ ਜਿਨ੍ਹਾਂ ਨੇ ਸਫ਼ਰ ਕੀਤਾ ਉਹਨਾਂ ਨੂੰ ਪਤਾ ਹੋਏਗਾ, ਜਿਨ੍ਹਾਂ ਨੇ ਬਾਕੀ ਏਅਰਲਾਈਨਾਂ ਦੇ ਵਿੱਚ ਵੀ ਸਫ਼ਰ ਕੀਤਾ ਅਤੇ ਆਪਣੀ ਇਸ ਏਅਰਲਾਈਨ ਦੇ ਵਿੱਚ ਵੀ ਸਫ਼ਰ ਕੀਤਾ ਤਾਂ ਫਰਕ ਮਹਿਸੂਸ ਹੋਏਗਾ ਜ਼ਰੂਰ, ਪਤਾ ਲੱਗਿਆ ਹੋਏਗਾ ਜ਼ਰੂਰ। ਕਿਉਂਕਿ ਬਾਕੀ ਏਅਰਲਾਈਨ ਜਿੰਨੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਹੁੰਦੀਆਂ, ਬੜੀਆਂ ਯੰਗ ਹੁੰਦੀਆਂ, ਬੜੀਆਂ ਐਕਟਿਵ ਹੁੰਦੀਆਂ, ਉਹ ਸਾਰੀਆਂ ਹਵਾ ਵਿੱਚ ਹੁੰਦੀਆਂ, ਜਹਾਜ਼ ਦੇ ਵਿੱਚ ਹੁੰਦੀਆਂ, ਉਸ ਕਰੀਊ 'ਚ ਹੁੰਦੀਆਂ, ਅਤੇ ਜਿਹੜੀ ਬਾਕੀ ਸਟਾਫ ਹੈਗਾ ਜਿਹੜਾ ਏਜਡ ਹੋ ਜਾਂਦਾ ਉਹਨੂੰ ਗਰਾਊਂਡ ਸਟਾਫ ਦੇ ਵਿੱਚ ਭਰਤੀ ਕਰ ਦਿੰਦੇ ਆ। ਆਪਣੇ ਉਲਟ ਸੀ ਇਹਦੇ 'ਚ, ਮੈਂ ਵੀ ਕਾਫੀ ਸਫ਼ਰ ਕਰਿਆ। ਆਪਣੇ ਉਲਟ ਸੀ, ਪਹਿਲੀ ਗੱਲ ਤਾਂ ਏਅਰ ਹੋਸਟਸ ਦਿਸਦੀ ਨਹੀਂ ਸੀ ਕੋਈ, ਬਹੁਤ ਘੱਟ ਦਿਸਦੀ ਸੀ, ਬੰਦੇ ਹੀ ਹੁੰਦੇ ਸੀ ਸਾਰੇ, ਹਾਂਜੀ ਕਿਆ ਚਾਹੀਏ ਬਤਾਓ। ਅਸੀਂ ਇੱਕ ਵਾਰੀ ਇੰਗਲੈਂਡ ਤੋਂ ਜਾ ਰਹੇ ਦਿੱਲੀ, ਵਾਇਆ ਦੁਬਈ, ਅਤੇ ਉਹਨੂੰ ਕਿਹਾ ਆਪ ਹਮੇ ਮੁਝੇ ਥੋੜ੍ਹਾ ਠੰਡਾ ਲਾ ਦੇਂਗੇ ਕੋਈ, ਉਹਨੇ ਐਂ ਕੁਰਸੀ 'ਤੇ ਹੱਥ ਰੱਖ ਕੇ ਅਤੇ ਮੂੰਹ ਐਂ ਮੂੰਹ ਦੇ ਕੋਲ ਕਰਕੇ ਕਹਿੰਦਾ ਬੰਦਾ ਜਿਹੜਾ ਹੋਸਟਸ ਸੀਗਾ, ਆਪ ਏਕ ਬਾਰ ਮੇਂ ਸਾਰਾ ਕੁਛ ਨਹੀਂ ਮੰਗ ਸਕਤੇ, ਨਾ ਦੱਸੋ ਕਰ ਲਓ ਗੱਲ। ਸੋ ਇਹੋ ਜਿਹਾ ਹਾਲ ਹੁੰਦਾ ਕਈ, ਹੁਣ ਜੇ ਏਅਰ ਹੋਸਟਸ ਹੁੰਦੀਆਂ ਵੀ ਆ ਏਅਰ ਇੰਡੀਆ ਦੇ ਵਿੱਚ, ਤਾਂ ਉਹ ਵੀ ਇਹੋ ਜਿਹੀਆਂ ਹੁੰਦੀਆਂ, ਮਸੀਂ ਤੁਰਦੀਆਂ ਹੁੰਦੀਆਂ, ਉਹਨਾਂ ਨੂੰ ਇਹ ਕਹਿਣਾ ਪੈਂਦਾ ਵੀ ਤੁਸੀਂ ਭੈਣ ਜੀ ਬੈਠੋ ਮੇਰੇ ਵਾਲੀ ਸੀਟ 'ਤੇ, ਅਤੇ ਮੈਂ ਕੋਈ ਨਹੀਂ ਤੁਹਾਡੇ ਵਾਲਾ ਕੰਮ ਮੈਂ ਕਰ ਦਿੰਦਾ, ਦੱਸ ਦਿਓ ਕਿਹਨੂੰ ਕਿਹਨੇ ਕੀ ਫੜਾਉਣਾ, ਇਹ ਹਾਲ ਹੈਗਾ। ਚਲੋ ਖੈਰ, ਏਅਰ ਇੰਡੀਆ ਆਪਣੇ ਸਰਕਾਰੀ ਮਹਿਕਮਿਆਂ ਦਾ ਹਾਲ ਤਾਂ ਪਤਾ ਹੀ ਹੈ, ਸਾਰੀਆਂ ਦਾ ਚੀਜ਼ਾਂ ਦਾ ਹਾਲ ਪਤਾ ਹੀ ਹੈ। ਇਹ ਪਹਿਲਾਂ ਏਅਰਪੋਰਟ ਵੀ ਜਿਹੜਾ ਉਹ ਪ੍ਰਾਈਵੇਟ ਕਰਤਾ ਹੈਗਾ ਦਿੱਲੀ ਦਾ, ਉਹ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਹੈਗਾ, ਅਤੇ ਹੁਣ ਸਾਡੀ ਏਅਰਲਾਈਨ ਜਿਹੜੀ ਇਹ ਵੀ ਪ੍ਰਾਈਵੇਟ ਹੱਥਾਂ ਵਿੱਚ
ਹੋ ਸਕਦੀ ਹੈ। ਇੱਕ ਹੋਰ ਮੇਰੇ ਮਹਾਨ ਭਾਰਤ ਦੀ ਖਬਰ ਹੈ ਅਤੇ ਸ਼ਾਇਦ ਕਿਤੇ ਦੀ ਵੀ ਹੋ ਸਕਦੀ ਹੈ ਕਿ ਚੂਹੇ ਨੇ ਫਲਾਈਟ ਰੋਕੀ। ਹਿਸਾਬ ਲਾ ਲਓ ਜੀ, ਚੂਹਾ ਕਿਵੇਂ ਫਲਾਈਟ ਰੋਕ ਸਕਦਾ? ਚੂਹਾ ਕਿਹਾ ਟ੍ਰੈਫਿਕ ਆਫਿਸਰ ਹੋਊਗਾ, ਉੱਥੇ ਵੀ ਹੱਥ ਕਰਕੇ ਆ ਟ੍ਰੈਫਿਕ ਰੋਕ ਤਾਂ ਨਹੀਂ ਰੋਕਣੀ। ਪਰ ਇਹ ਵਾਰਾਣਸੀ ਦੀ ਖਬਰ ਹੈ ਜੀ, ਲਾਲ ਬਹਾਦਰ ਸ਼ਾਸਤਰੀ ਏਅਰਪੋਰਟ ਜਿਹੜਾ ਹੈਗਾ ਉੱਥੇ ਫਲਾਈਟ ਚੜ੍ਹਨ ਲੱਗੀ ਸੀ ਅਤੇ ਕਿਸੇ ਨੇ ਜਹਾਜ਼ ਦੇ ਵਿੱਚ ਚੂਹਾ ਦੇਖ ਲਿਆ, ਵਾਹਵਾ ਮੋਟਾ ਤਾਜ਼ਾ, ਅਤੇ ਉਹਨੇ ਰੌਲਾ ਪਾ ਦਿੱਤਾ ਅਤੇ ਫਲਾਈਟ ਉੱਥੇ 24 ਘੰਟੇ ਉੱਥੇ ਹੀ ਰਹੀ ਅਤੇ ਉਹ ਲੱਭਦੇ ਰਹੇ ਚੂਹੇ ਨੂੰ, ਪਰ ਚੂਹਾ ਲੱਭਿਆ ਨਹੀਂ। ਤਾਂ ਉਹਨਾਂ ਦਾ ਕਹਿਣਾ ਸੀ ਪ੍ਰਬੰਧਕਾਂ ਦਾ, ਔਰ ਸਹੀ ਵੀ ਸੀਗਾ ਕਿ ਜਿੰਨੀ ਦੇਰ ਚੂਹਾ ਸਾਨੂੰ ਲੱਭਦਾ ਨਹੀਂ ਹੈਗਾ ਉੱਨੀ ਦੇਰ ਅਸੀਂ ਫਲਾਈਟ ਨਹੀਂ ਉਡਾ ਸਕਦੇ, ਕਿਉਂਕਿ ਇਹਦਾ ਕੋਈ ਪਤਾ ਨਹੀਂ ਕਿਹੜੀ ਤਾਰ ਕੁਤਰਦੇ। ਵੈਸੇ ਵੀ ਚੂਹੇ ਦਾ ਕੋਈ ਪਤਾ ਨਹੀਂ ਕੀ ਕੁਤਰਦੇ, ਕਿੱਥੇ 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 ਕੀ ਕਰਦੇ, ਕੋਈ ਨਹੀਂ ਪਤਾ। ਅਸੈਂਬਲੀ ਦੇ ਵਿੱਚ ਵੀ ਪਹੁੰਚ ਸਕਦਾ, ਵਿਧਾਨ ਸਭਾ 'ਚ ਵੀ ਪਹੁੰਚ ਸਕਦਾ, ਰਾਜ ਸਭਾ 'ਚ ਵੀ ਪਹੁੰਚ ਸਕਦਾ, ਲੋਕ ਸਭਾ 'ਚ ਵੀ ਪਹੁੰਚ ਸਕਦਾ। ਔਰ ਬਹੁਤ ਸਾਰੀਆਂ ਫਾਈਲਾਂ ਜਿਹੜੀਆਂ ਇਹਨਾਂ ਵਿਚਾਰਿਆਂ ਦੇ ਨਾਂ ਲੱਗ ਜਾਂਦੀਆਂ ਸਰਕਾਰੀ ਦਫ਼ਤਰਾਂ ਦੇ ਵਿੱਚ, ਜੀ ਚੂਹੇ ਫਾਈਲਾਂ ਟੁੱਕ ਗਏ ਜੀ, ਉਹ ਫਾਈਲਾਂ ਹੀ ਪਤਾ ਨਹੀਂ ਕਿੱਥੇ ਘਪਲੇ ਵਾਲੀਆਂ ਜਿਹੜੀਆਂ ਹੁੰਦੀਆਂ। ਖੈਰ ਚੂਹਾ ਵੀ ਇੱਕ ਐਸਾ ਬੰਦਾ ਹੈਗਾ ਕਹਿ ਸਕਦੇ ਹਾਂ ਸਾਡੇ ਜ਼ਿੰਦਗੀ ਦੇ ਵਿੱਚ। ਇੱਕ ਵਾਰੀ ਕਹਿੰਦੇ ਵੀ ਇੱਕ ਸ਼ੇਰ ਅਤੇ ਚੂਹੇ ਦੀ ਬਹਿਸ ਹੋ ਗਈ। ਸ਼ੇਰ ਕਹਿੰਦਾ ਵੀ ਮੈਂ ਜੰਗਲ ਦਾ ਰਾਜਾ ਅਤੇ ਮੈਂ ਤਾਕਤਵਰ ਤੈਨੂੰ। ਚੂਹਾ ਕਹਿੰਦਾ ਵੀ ਨਹੀਂ ਭਾਈ ਸਾਹਿਬ, ਮੈਂ ਤਾਕਤਵਰ ਹਾਂ। ਸ਼ੇਰ ਕਹਿੰਦਾ ਵੀ ਨਹੀਂ, ਮੇਰੇ ਤੋਂ ਲੋਕ ਜ਼ਿਆਦਾ ਡਰਦੇ ਆ। ਚੂਹਾ ਕਹਿੰਦਾ ਵੀ ਨਹੀਂ, ਮੇਰੇ ਤੋਂ ਲੋਕ ਜ਼ਿਆਦਾ ਡਰਦੇ ਆ। ਸ਼ੇਰ ਕਹਿੰਦਾ ਵੀ ਆਹ ਮੂੰਹ ਮਸਰਾਂ ਦੀ ਦਾਲ, ਅਤੇ ਚੂਹਾ ਕਹਿੰਦਾ ਵੀ ਭਾਈ ਸਾਹਿਬ ਦਾਲ ਨੂੰ ਵਿੱਚ ਨਾ ਲਿਆਓ, ਦਾਲ ਦੀਆਂ ਬੋਰੀਆਂ ਮੈਂ ਵੀ ਬਹੁਤ ਟੁੱਕੀਆਂ ਹੋਈਆਂ। ਕਰਦੇ ਕਰਾਉਂਦੇ ਸ਼ੇਰ ਕਹਿੰਦਾ ਵੇਖ ਭਾਈ ਸਾਹਿਬ, ਮੇਰਾ ਨਾਮ ਲੈ ਕੇ ਮਾਵਾਂ ਆਪਣੇ ਬੱਚਿਆਂ ਨੂੰ ਡਰਾਉਂਦੀਆਂ ਨੇ, ਸੋ ਜਾ ਚੁੱਪ ਕਰਕੇ, ਨਹੀਂ ਤਾਂ ਸ਼ੇਰ ਆਜੂਗਾ। ਉਹ ਚੂਹਾ ਕਹਿੰਦਾ ਕਿਹੜੀਆਂ ਗੱਲਾਂ ਕਰਦੇ ਹੋ ਸ਼ੇਰ ਸਾਹਿਬ, ਤੁਹਾਡਾ ਨਾਂ ਲੈ ਕੇ ਮਾਵਾਂ ਬੱਚਿਆਂ ਨੂੰ ਡਰਾਉਂਦੀਆਂ ਅਤੇ ਮੇਰਾ ਨਾਂ ਲੈ ਕੇ ਬੱਚੇ ਮਾਵਾਂ ਨੂੰ ਡਰਾਉਂਦੇ ਆ। ਮਾਂ ਚੰਗੀ ਭਲੀ ਖੜੀ ਹੁੰਦੀ ਹੈ ਅਤੇ ਬੱਚੇ ਕਹਿੰਦੇ ਮੰਮੀ ਚੂਹਾ, ਅਤੇ ਛਾਲ ਮਾਰ ਕੇ ਸੋਫੇ 'ਤੇ ਚੜ੍ਹ ਜਾਂਦੀ ਹੈ ਫਟਾਫਟ ਡਰਦੀ ਡਰਦੀ ਚੂਹੇ ਤੋਂ। ਸੋ ਚੂਹਾ ਜਿਹੜਾ ਹੈਗਾ ਇਸ ਕਰਕੇ ਕਾਫੀ ਖਤਰਨਾਕ ਮੰਨਿਆ ਜਾਂਦਾ। ਆਪਾਂ ਗੱਲ ਕਰੀ ਸੀ ਪਰਸੋਂ ਚੌਥ ਕਿਸਮਤ ਦੀ ਗੱਲ ਕਰਦੇ ਸੀ, ਅਤੇ ਵਾਕਿਆ ਹੀ ਕਿਸਮਤ ਹੈਗੀ ਆ ਜਿਹੜੀ ਤਾਜ਼ਾ ਤਾਜ਼ਾ ਉਹਦੇ ਸਾਬਤ ਕੀਤਾ ਹੈਗਾ। ਪਠਾਨਕੋਟ ਦੇ ਵਿੱਚ ਇੱਕ ਸਬਜ਼ੀ ਵੇਚਦਾ ਸੀ ਕੋਈ ਰਕੇਸ਼, ਸਬਜ਼ੀ ਦੀ ਰੇਹੜੀ ਰੂੜੀ ਦੁਕਾਨ ਹੋਏਗੀ ਉਹਦੀ, ਅਤੇ ਉਹਦੇ ਕੋਲ ਸ਼ਾਮੀ 2 ਕੁ ਵਜੇ ਦੁਪਹਿਰੇ 2-3 ਵਜੇ ਕੋਈ ਬੰਦਾ ਆਇਆ, ਸਾਈਕਲ 'ਤੇ ਲਾਟਰੀਆਂ ਵੇਚਦਾ ਸੀ ਜਿਹੜੀਆਂ ਪੰਜਾਬ ਸਰਕਾਰ ਦੀਆਂ ਉੱਥੇ ਵਿਕਦੀਆਂ ਨੇ। ਉਹ ਕਹਿੰਦਾ ਵੀ ਲੈ ਲਓ ਭਾਅ ਜੀ ਲੈਟਰੀ, ਉਹ ਛੱਡ ਯਾਰ ਨਿਕਲਦੀ ਨਿਕਲਦੀ ਹੈ ਨਹੀਂ, ਛੱਡ ਕੀ ਲੈਣੀ। ਉਹ ਕਰਦੇ ਕਰਾਉਂਦੇ ਜੀ ਉਹਨੇ ਕਿਹਾ ਭਾਅ ਜੀ ਕੀ ਟਿਕਟ ਰਹਿ ਗਈ, ਲੈ ਲਓ ਇਹ ਮੇਰਾ ਵੀ ਅੱਜ ਲਾਟਰੀ ਨਿਕਲਣੀ ਆ, ਹੁਣ ਕੀ ਪਤਾ ਹੁੰਦਾ ਕਿਸਮਤ। ਉਹਨੇ ਉਹ ਟਿਕਟ ਖਰੀਦ ਲਈ ਜੱਕਾ ਤੱਕਾਂ ਦੇ ਵਿੱਚ, ਤਾਂ 3 ਘੰਟੇ ਬਾਅਦ ਉਹ ਡਰਾ ਨਿਕਲਿਆ ਜਦੋਂ, ਤਾਂ ਉਹ 1.5 ਕਰੋੜ ਰੁਪਈਆ ਉਹਦਾ ਨਿਕਲ ਆਇਆ। ਅਤੇ ਇਹਨੂੰ ਕਹਿੰਦੇ ਨੇ ਕਿ ਰੱਬ ਜਦੋਂ ਦਿੰਦਾ ਤਾਂ ਛੱਪਰ ਫਾੜ ਕੇ ਦਿੰਦਾ। ਸੋ ਰੱਬ 'ਤੇ ਵਿਸ਼ਵਾਸ ਰੱਖੋ, ਰੱਬ 'ਤੇ ਯਕੀਨ ਰੱਖੋ ਅਤੇ ਆਪਾਂ ਨੂੰ ਸਭ ਕੁਝ ਮਿਲੇਗਾ ਜੀ ਉੱਥੋਂ। ਲਓ ਜੀ, ਇੱਕ ਹੋਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਆਪਾਂ ਅਕਸਰ ਗੱਲ ਕਰੀ ਦੀ ਹੈ, ਅਤੇ ਇੱਕ ਵੱਖਰਾ ਰਿਕਾਰਡ ਜਿਹੜਾ ਸਾਡੇ ਪੰਜਾਬੀ ਮੁੰਡੇ ਨੇ ਬਣਾਇਆ, ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜਗਮੋਹਨ ਕਨੌਜੀਆ ਇਹਦਾ ਨਾਮ ਆ। ਇਹਨੇ ਇਕੱਲਾ ਗਿਨੀਜ਼ ਬੁੱਕ ਦੇ ਵਿੱਚ ਹੀ ਨਹੀਂ ਆਪਣਾ ਨਾਮ 38 ਹੋਰ ਜਗ੍ਹਾ ਦੇ ਵਿੱਚ ਵੀ ਰਿਕਾਰਡ ਦਰਜ ਕਰਾਇਆ, ਜਗਮੋਹਨ ਕਨੌਜੀਆ। ਅਤੇ ਹੁਣ ਗੱਲ ਆਏਗੀ ਵੀ ਕੀਤਾ ਕੀ ਇਹਨੇ। ਆਮ ਤੌਰ 'ਤੇ ਆਪਾਂ ਕਹੀਦਾ ਜਾ ਵੱਡਾ ਪਖੰਡਬਾਜ਼, ਇਹਨੂੰ ਆਪਾਂ ਕਹਿ ਸਕਦੇ ਹਾਂ ਜਾ ਉਹ ਵੱਡਾ ਪਤੰਗਬਾਜ਼। ਮਤਲਬ ਇਹ ਕਿ ਇਸ ਬੰਦੇ ਨੇ ਪਤੰਗ ਬਣਾਉਣ ਦੇ ਵਿੱਚ, ਪਤੰਗ ਚੜ੍ਹਾਉਣ ਦੇ ਵਿੱਚ, ਪਤੰਗਾਂ ਦੀ ਗੱਲਬਾਤ ਦੇ ਵਿੱਚ, ਅੱਜ ਕੱਲ੍ਹ ਹੁਣ ਬਸੰਤ ਪੈਂਚ ਵੀ ਜਿਹੜੀ ਚੱਲ ਰਹੀ ਹੈ, ਸ਼ੁਰੂ ਹੋ ਗਿਆ ਪਤੰਗਾਂ ਦਾ ਮੌਸਮ, ਤਾਂ ਇਹਨੇ ਰਿਕਾਰਡ ਕਾਇਮ ਕੀਤਾ ਸੀਗਾ। ਅਤੇ ਕਮਾਲ ਦੀ ਗੱਲ ਇਹ ਹੈ ਵੀ ਇਹਨੇ ਸੋਨੇ ਦਾ ਲਾਕਟ ਜਿਹੜਾ ਗੱਲ 'ਚ ਪਾਇਆ, ਉਹ ਵੀ ਪਤੰਗ ਬਣੀ ਹੋਈ ਹੈ। ਕੱਪੜਿਆਂ 'ਤੇ ਕੋਈ ਵੀ ਡਿਜ਼ਾਇਨ ਕਢਾਈ ਕਰਵਾਈ ਕਰਵਾਉਂਦਾ ਕੁਛ, ਉਹ ਵੀ ਪਤੰਗਾਂ ਦੀ ਹੁੰਦੀ ਹੈ। ਅਤੇ 10,000 ਤੋਂ ਵੱਧ ਵੱਖ ਵੱਖ ਤਰ੍ਹਾਂ ਦੀਆਂ ਪਤੰਗਾਂ ਇਹ ਬਣਾ ਚੁੱਕਾ, ਅਤੇ ਇੱਕ ਹੀ ਡੋਰ ਦੇ ਵਿੱਚ 1100 ਪਤੰਗ ਚੜ੍ਹਾਉਣ ਦਾ ਇਹਦਾ ਵਰਲਡ ਰਿਕਾਰਡ ਹੈਗਾ ਇਸ ਭਾਈ ਸਾਹਿਬ ਦੇ ਨਾਂ। ਔਰ ਇਹਦੀ ਤਮੰਨਾ ਹੈਗੀ ਆ ਕਿ ਮੈਂ ਜਦੋਂ ਮਰਾਂ ਤਾਂ ਮੇਰੇ ਆਲੇ ਦੁਆਲੇ ਪਤੰਗ ਹੋਣ। ਸੋ ਇਹ ਦੇਖੋ ਜੀ, ਇਹ ਜਨੂੰਨ ਆਪਾਂ ਕਹਿ ਸਕਦੇ ਹਾਂ, ਕਿਸੇ ਵੀ ਬੰਦੇ 'ਤੇ ਕਿਸੇ ਤਰ੍ਹਾਂ ਦਾ ਜਨੂੰਨ ਹੋ ਸਕਦਾ, ਔਰ ਕਿਸੇ 'ਤੇ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਜਿਹੜੀ ਇੱਦਾਂ ਆਪਾਂ ਕਹਿ ਸਕਦੇ ਹਾਂ ਬਈ ਕਮਾਲ ਦੀ ਗੱਲ ਹੈਗੀ ਹੈ। ਆਪਣੇ ਅੰਮ੍ਰਿਤਸਰ ਦੇ ਮੁੰਡੇ ਨੇ ਕਮਾਲ ਦੀ ਗੱਲ ਕੀਤੀ ਹੈ। ਚੋਰੀਆਂ ਚੋਰੀਆਂ ਦੀ ਗੱਲ ਕਰੀ ਦੀ ਹੈ, ਖਬਰ ਤਾਂ ਛੋਟੀ ਜਿਹੀ, ਚਲੋ ਸਾਂਝੀ ਕਰ ਲੈਂਦੇ। ਪਾਕਿਸਤਾਨ ਦੀ ਹੈਗਾ ਵੀ ਉੱਥੇ ਇੱਕ ਦੁਕਾਨ ਦੇ ਵਿੱਚ, ਕਰਿਆਨੇ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਹੈ, ਆਟਾ ਥੋੜ੍ਹਾ ਜਿਹਾ ਚੋਰੀ ਹੋਇਆ 2-4 ਕਿਲੋ।
ਕਿਲੋ ਕਦਾਲ ਚੋਰੀ ਹੋਈ ਹੈ, ਪਾਈਆ ਕਿ ਘਿਓ ਤੇਲ ਚੋਰੀ ਹੋਇਆ, ਤਾਂ ਬਾਹਲਾ ਕੁਛ ਚੋਰੀ ਨਹੀਂ ਹੋਇਆ, ਤਾਂ ਨਾਲ ਚੋਰ ਜਿਹੜੇ ਲਿਖ ਕੇ ਰੱਖਦੇ ਵੀ ਲਾਲਾ ਜੀ ਮਾਫ ਕਰਨਾ, ਇਹ ਮਜਬੂਰੀ ਆ, ਅਸੀਂ ਕਦੇ ਚੋਰੀ ਨਹੀਂ ਕੀਤੀ, ਪਰ ਸਾਡੀ ਹੁਣ ਭੁੱਖ ਨਾਲ ਇੰਨਾ ਬੁਰਾ ਹਾਲ, ਸਾਨੂੰ ਚੋਰੀ ਕਰਨੀ ਪਈ। ਔਰ ਪਾਕਿਸਤਾਨ ਦਾ ਇਹ ਅੱਜ ਦੇ ਅੰਕੜੇ ਨੇ ਕਿ ਬਹੁਤ, ਇਹ ਕਰਾਚੀ ਦੀ ਗੱਲ ਆ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਬਹੁਤ ਜ਼ਿਆਦਾ ਵੱਡੀ ਨੌਬਤ ਜਿਹੜੀ ਆ ਉਹ ਆਈ ਹੋਈ ਹੈ ਚੋਰੀਆਂ ਦੀ, ਔਰ ਭੁੱਖ ਦੀ ਬਹੁਤ ਬੁਰਾ ਹਾਲ ਹੈਗਾ। ਸੋ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਕਰ ਸਕਦੇ ਨੇ, ਕੋਈ ਹੈਲਪ ਕਿਸੇ ਦੀ ਕਰ ਸਕਦੇ ਨੇ। ਲਓ ਜੀ, ਰੈਸਟੋਰੈਂਟ ਦੀ ਆਪਾਂ ਗੱਲ ਕਰੀ ਦੀ ਆ ਵੀ ਰੈਸਟੋਰੈਂਟ ਬੜੇ ਕਮਾਲ ਕਮਾਲ ਬਣਾਉਂਦੇ ਨੇ, ਲੋਕ ਵੀ ਦੁਨੀਆ ਉੱਚ ਆਵੇ ਅਤੇ ਉਹਦੇ 'ਚ ਕੋਈ ਨਾ ਕੋਈ ਵੱਖਰਾਪਨ ਕਰਦੇ ਨੇ। ਚੰਡੀਗੜ੍ਹ ਦੇ ਵਿੱਚ ਘੁੰਮਣ ਵਾਲਾ ਰੈਸਟੋਰੈਂਟ ਸੀਗਾ, ਉੱਥੇ ਕਿਤੇ ਕੋਈ, ਕਿਤੇ ਕੋਈ, ਕਿਤੇ ਕੋਈ। ਅਤੇ ਚੀਨ ਦੇ ਵਿੱਚ ਇੱਕ ਰੈਸਟੋਰੈਂਟ ਖੁੱਲ੍ਹਿਆ ਗਵਾਂਯੂ ਕੋਈ ਸ਼ਹਿਰ ਸ਼ੂਰ ਦਾ ਨਾਂ ਹੈਗਾ, ਉਸ ਰੈਸਟੋਰੈਂਟ ਦਾ ਨਾਂ ਹੀ ਪਹਿਲਾਂ ਸੁਣ ਲਓ ਕੀ ਆ, ਅਤੇ ਫਿਰ ਬਾਕੀ ਗੱਲ ਆਪੇ ਸਮਝ ਆ ਜੂ। ਉਸ ਰੈਸਟੋਰੈਂਟ ਦਾ ਨਾਮ ਹੈ ਸਾਇਲੈਂਟ ਕੈਫੇ। ਹੁਣ ਇਹ ਨਹੀਂ ਪਤਾ ਵੀ ਸਾਇਲੈਂਟ ਕੈਫੇ, ਸੋਚਣ ਵਾਲੀ ਗੱਲ ਇਹ ਹੈ ਵੀ ਕੈਫੇ ਸਾਇਲੈਂਟ ਕਿਵੇਂ ਹੋ ਸਕਦਾ ਹੈ, ਕੜਛੀਆਂ ਪਤੀਲੇ ਤਾਂ ਵੱਜਦੇ ਹੀ ਹੋਣਗੇ ਉੱਥੇ। ਪਰ ਹੈਰਾਨੀ ਦੀ ਗੱਲ ਹੈ ਜੀ, ਉਹਨਾਂ ਨੇ ਵੱਖਰਾ ਕੰਮ ਇਹ ਕੀਤਾ ਕਿ ਉਸ ਕੈਫੇ ਦੇ ਵਿੱਚ ਜਾ ਕੇ ਤੁਸੀਂ ਬੋਲ ਨਹੀਂ ਸਕਦੇ। ਬੜਾ ਹੀ ਔਖਾ ਕੰਮ ਹੈ ਹੁਣ ਜਿਹੜੇ ਲੋਕਾਂ ਨੂੰ ਹੈ ਹੀ ਬੋਲਣ ਦੀ ਆਦਤ, ਹੁਣ ਖਾਸ ਤੌਰ 'ਤੇ ਪਤੀ ਪਤਨੀ ਗਏ ਆ, ਮੇਰੇ ਖਿਆਲ ਜਨਾਨੀਆਂ ਨੂੰ ਤਾਂ ਛੋਟ ਚਾਹੀਦੀ ਹੈ ਨਾ ਉਹਦੇ 'ਚ, ਪਰ ਉਹ ਕਹਿੰਦੇ ਜੀ ਉੱਥੇ ਕੋਈ ਬੋਲ ਨਹੀਂ ਸਕਦਾ, ਤੁਹਾਨੂੰ ਕੋਈ ਚੀਜ਼ ਮੰਗਣੀ ਹੈ ਤਾਂ ਉਹ ਵੀ ਇਸ਼ਾਰਿਆਂ ਦੇ ਵਿੱਚ ਮੰਗਣੀ ਪੈਣੀ, ਜਾਂ ਫਿਰ ਮੈਨਿਊ ਦੇ ਉੱਪਰ ਦੱਸ ਕੇ ਵੀ ਆਹਾ ਲਿਆ ਦੇ ਭਾਈ 9 ਨੰਬਰ ਚੀਜ਼ ਲਿਆ ਦੇ 8 ਨੰਬਰ ਚੀਜ਼ ਲਿਆ ਦੇ। ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਨੇ ਇਹੋ ਜਿਹਾ ਰੱਖਿਆ ਕਿਉਂ ਹੈ, ਜਾਂ ਤਾਂ ਕੋਈ ਹੋ ਸਕਦਾ ਜਿਹਨੇ ਬਣਾਇਆ ਹੋਵੇ ਉਹ ਰੈਸਟੋਰੈਂਟ, ਅਤੇ ਉਹ ਦੁਖੀ ਇੰਨਾ ਜ਼ਿਆਦਾ ਹੋਵੇ ਬੋਲਣ ਵਾਲਿਆਂ ਤੋਂ ਜਾਂ ਆਪਣੀ ਘਰਵਾਲੀ ਤੋਂ, ਬਹੁਤ ਜ਼ਿਆਦਾ ਬੋਲਦੀ ਹੋ, ਤੁਹਾਨੂੰ ਬਦਲਾ ਲੈਣ ਵਾਸਤੇ ਇਹ ਰੈਸਟੋਰੈਂਟ ਰੱਖਿਆ ਸਾਇਲੈਂਟ ਕੈਫੇ ਵੀ। ਇੱਥੇ ਕੋਈ ਵੀ ਆਏਗਾ ਅਤੇ ਚੁੱਪ ਰਹੇਗਾ। ਵੈਸੇ ਚੰਗੀ ਗੱਲ ਹੈ, ਬੰਦਾ ਉੱਥੇ ਘੰਟਾ ਕੁ ਜੇ ਰੋਟੀ ਰੋਟੀ ਖਾਂਦਾ ਅਤੇ ਆਰਾਮ ਨਾਲ, ਸ਼ਾਂਤ ਏਰੀਏ ਦੇ ਵਿੱਚ ਤਾਂ ਹੁੰਦਾ ਨਹੀਂ, ਤਾਂ ਆਪਾਂ ਰੈਸਟੋਰੈਂਟ ਦੇ ਵਿੱਚ ਜਾਈਏ ਤਾਂ ਰੈਸਟੋਰੈਂਟ ਚੱਲ ਜਾਓ, ਚਾਹੇ ਰੇਲਵੇ ਸਟੇਸ਼ਨ ਚੱਲ ਜਾਓ ਚਾਹੇ ਕਿਤੇ ਚੱਲ ਜਾਓ, ਅਤੇ ਆਪਣੇ ਤਾਂ ਉੱਥੇ ਪੂਰਾ ਚੀਕ ਚਿਹਾੜਾ ਪਿਆ ਹੁੰਦਾ, ਕਾਵਾਂ ਰੌਲੀ ਪਈ ਹੁੰਦੀ ਆ। ਚਲੋ ਜੀ, ਇੱਕ ਅੱਧੀ ਖਬਰ ਹੋਰ ਸਾਂਝੀ ਕਰਦੇ ਹਾਂ, ਬ੍ਰੇਕ ਜਿਹੜੀ ਹੈ ਮੈਂ ਇਸ ਥੋੜ੍ਹੀ ਜਿਹੀ ਲੇਟ ਲਊਂਗਾ ਕਿਉਂਕਿ ਪ੍ਰੋਗਰਾਮ ਥੋੜ੍ਹਾ ਲੇਟ ਸ਼ੁਰੂ ਹੋਇਆ। ਸਾਇਲੈਂਟ ਕੈਫੇ ਤੋਂ ਬਾਅਦ ਚੱਲਦੇ ਜੀ ਗੋਰਖਪੁਰ ਯੂਪੀ ਦੇ ਵਿੱਚ, ਬੜੀ ਅਜੀਬ ਜੀ ਖਬਰ ਹੈ ਵੈਸੇ ਵੀ। ਤਲਾਕ ਦੇ ਆਪਾਂ ਕਈ ਕਾਰਨ ਗਿਣੇ ਨੇ, ਕਈ ਦੱਸੀ ਦੇ ਚੰਗੇ ਮਾੜੇ ਕਾਰਨ, ਇਹ ਅੱਡ ਹੋਣ ਦਾ ਕਾਰਨ ਹੈ ਜੀ ਪਤੀ ਪਤਨੀ ਦਾ, ਕਾਰਨ ਬਹੁਤ ਵੱਡਾ ਵਾਕਿਆ ਜੀ। ਪਤਨੀ ਨੇ ਫੈਸਲਾ ਸਹੀ ਕੀਤਾ, ਉਹਨੂੰ ਮੇਰੇ ਖਿਆਲ ਐਡਾ ਕਾਰਨ ਹੋਵੇ ਤਾਂ ਕੋਈ ਵੀ ਇਹ ਫੈਸਲਾ ਲਏਗਾ। ਕਾਰਨ ਇਹ ਹੈ ਜੀ, ਘਰਵਾਲੀ ਨੇ ਖਾਣਾ ਮੰਗਿਆ, ਪਤੀ ਕੋਈ ਖਾਣਾ ਲਿਆ ਦੇ ਮੈਨੂੰ, ਬਣਾ ਦੇ ਜਾਂ ਲਿਆ ਦੇ, ਅਤੇ ਉਹਨੇ ਖਾਣਾ ਜਦੋਂ ਪਰੋਸਿਆ ਉਹਦੇ 'ਚ ਆਂਡੇ ਨਹੀਂ ਸੀ ਪਰੋਸੇ, ਕਦੇ ਆਂਡਿਆਂ ਦਾ ਕੁਛ ਨਹੀਂ ਸੀ ਬਣਾਇਆ, ਅਤੇ ਉਹ ਕਹਿੰਦੇ ਵੀ ਤੂੰ ਮੇਰਾ ਦਿਲ ਤੋੜਤਾ ਜਾਂ ਆਂਡੇ ਨਾ ਬਣਾ ਕੇ। ਲਓ ਜੇ ਐਸਾ ਦਿਲ ਟੁੱਟਾ ਤਾਂ ਉਹ ਘਰ ਛੱਡ ਕੇ ਚਲੇ ਗਈ, ਦੱਸੋ। ਹੁਣ ਇਹਦੇ 'ਚ ਆਂਡੇ ਤਾਂ ਬਹਾਨਾ ਹੀ ਹੈ, ਚਾਹੇ ਉਹ ਬਣਾ ਵੀ ਲਿਆਉਂਦਾ, ਫਿਰ ਉਹਨੇ ਕਹਿਣਾ ਸੀ ਵੀ ਤੂੰ ਆਮਲੇਟ ਕਿਉਂ ਬਣਾਇਆ, ਮੈਂ ਤਾਂ ਉਬਲੇ ਖਾਣੇ ਸੀ। ਜੇ ਉਹ ਉਬਾਲ ਕੇ ਲੈ ਆਉਂਦਾ ਫਿਰ ਉਹਨੇ ਕਹਿਣਾ ਸੀ ਮੈਂ ਆਮਲੇਟ ਖਾਣਾ ਸੀ। ਜੇ ਉਹ ਦੋਨੇ ਬਣਾ ਲਿਆਉਂਦਾ ਤਾਂ ਫਿਰ ਉਹਨੇ ਕਹਿਣਾ ਸੀ ਵੀ ਹੁਣ ਤੂੰ ਇਹ ਬਣਾ ਤਾਂ ਲਿਆ, ਇਹ ਤੈਨੂੰ ਮੈਂ ਦੱਸਣਾ ਸੀ ਵੀ ਕਿਹੜੇ ਆਂਡਿਆਂ ਦਾ ਆਮਲੇਟ ਬਣਾਉਣਾ ਅਤੇ ਕਿਹੜੇ ਆਂਡਿਆਂ ਨੂੰ ਉਬਾਲਣਾ। ਸੋ ਇਹ ਇੱਕ ਮੇਰੇ ਖਿਆਲ ਬਹਾਨਾ ਹੋਏਗਾ ਇਹਨਾਂ ਦਾ ਬਹੁਤ ਵੱਡਾ, ਜਿਹੜਾ ਇਹਨਾਂ ਨੇ ਇਹ ਵਰਤਿਆ ਹੈਗਾ ਇਹਦੇ ਵਾਸਤੇ। ਸੋ ਇਹ ਉੜਦੀਆਂ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੈਗੀਆਂ। ਉੜਦੀਆਂ ਖਬਰਾਂ ਤੋਂ ਬਾਅਦ ਫਿਰ ਹੁਣ ਤੁਹਾਡੇ ਆਪਾਂ ਚੱਲਾਂਗੇ ਵਿਸ਼ੇ ਵਾਲੇ ਪਾਸੇ। ਵਿਸ਼ਾ ਅੱਜ ਦਾ ਵੀ ਸਾਡੇ ਵਿੱਚੋਂ ਹੀ ਹੁੰਦਾ ਜੀ, ਆਮ ਵਿਸ਼ਾ ਹੁੰਦਾ ਹੈ, ਗੱਲਾਂ ਬਾਤਾਂ ਆਮ ਹੁੰਦੀਆਂ, ਤੁਹਾਡੀਆਂ ਹੁੰਦੀਆਂ, ਮੇਰੀਆਂ ਹੁੰਦੀਆਂ, ਇੱਧਰ ਦੀਆਂ ਹੁੰਦੀਆਂ, ਉੱਧਰ ਦੀਆਂ ਹੁੰਦੀਆਂ, ਅਤੇ ਉੱਪਰ ਦੀਆਂ ਹੁੰਦੀਆਂ, ਥੱਲੇ ਦੀਆਂ ਹੁੰਦੀਆਂ, ਉਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਅੱਜ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸੋ ਬ੍ਰੇਕ ਤੋਂ ਬਾਅਦ ਮਿਲਦੇ ਹਾਂ, ਨਾਲੇ ਮੈਂ ਵਿਸ਼ਾ ਲੈ ਕੇ ਆਉਣਾ ਅਤੇ ਨਾਲੇ ਤੁਸੀਂ ਕਾਲਾਂ ਕਰ ਲਓ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਇੱਕ ਵਾਰ ਫਿਰ, ਅਤੇ ਹੁਣ ਆਪਾਂ ਚੱਲਦੇ ਹਾਂ ਵਿਸ਼ੇ ਵੱਲ। ਵਿਸ਼ਾ ਅੱਜ ਦਾ ਹਾਸਾ ਮੈਨੂੰ ਇਸ ਕਰਕੇ ਆ ਗਿਆ ਵੀ ਵਿਸ਼ਾ ਹੈ ਹੀ ਇੱਦਾਂ ਦਾ, ਇੱਕ ਕਹਿੰਦੇ ਵੀ ਆਪਾਂ ਝੂਠ, ਜਿਹੜਾ ਲਫ਼ਜ਼ ਝੂਠ ਨਾਂ ਦਾ ਇੱਕ ਲਫ਼ਜ਼ ਹੈਗਾ, ਇਹਦੇ ਆਲੇ ਦੁਆਲੇ ਅੱਜ ਦਾ ਵਿਸ਼ਾ ਹੋਏਗਾ। ਕਿਹਾ ਇਹ ਜਾਂਦਾ ਇੱਧਰਲੇ ਮੁਲਕਾਂ ਦੀ ਗੱਲ ਆਪਾਂ ਘੱਟ ਕਰਦੇ, ਪੰਜਾਬ ਦੇ ਵਿੱਚ ਹੀ ਚੱਲਦੇ ਜ਼ਿਆਦਾ ਫਿਰ, ਕਿ ਝੂਠ ਤਕਰੀਬਨ ਹਰ ਬੰਦਾ ਬੋਲ ਜਾਂਦਾ, ਕੋਈ ਪੀਰ ਪੈਗੰਬਰ ਕੋਈ ਸਿਆਣਾ ਜਿਹੜਾ ਬੰਦਾ ਹੈਗਾ ਉਹ ਹੋ ਸਕਦਾ ਝੂਠ ਨਾ ਬੋਲਦੇ ਹੋਣ, ਜਿਹੜੇ ਕਿ ਸੱਚ ਵਾਸਤੇ ਫਾਂਸੀ ਚੜ੍ਹਨ ਵਾਸਤੇ ਵੀ ਤਿਆਰ ਹੋ ਜਾਂਦੇ ਨੇ। ਪਰ ਅਸੀਂ ਆਮ ਬੰਦਿਆਂ ਦੀ ਜੇ ਗੱਲ ਕਰੀਏ, ਆਮ ਬੰਦਿਆਂ ਦੀ ਕਰ ਲਓ ਚਾਹੇ ਲੀਡਰਾਂ ਤੋਂ ਲੈ ਕੇ ਆਮ ਬੰਦਿਆਂ ਦੀ ਗੱਲ ਕਰ ਲਈਏ, ਤਾਂ ਝੂਠ ਤਕਰੀਬਨ ਬੋਲ ਜਾਂਦਾ ਹਰ ਬੰਦਾ। ਝੂਠ ਜਿਹੜਾ ਹੈਗਾ, ਕਹਿੰਦੇ ਵੀ ਝੂਠ ਦੇ ਪੈਰ ਨਹੀਂ ਹੁੰਦੇ, ਪਰ ਮੈਨੂੰ ਲੱਗਦਾ ਵੀ ਝੂਠ ਦੇ ਪੈਰ ਹੀ ਬਹੁਤ ਨੇ, ਹਜ਼ਾਰਾਂ ਲੱਖਾਂ ਪੈਰ ਨੇ, ਫਟਾਫਟ ਹੀ ਭੱਜ ਕੇ ਉੱਧਰ ਪਹੁੰਚ ਜਾਂਦਾ, ਕਿਤੇ ਦੀ ਕਿਤੇ ਪਹੁੰਚ ਜਾਂਦਾ।
ਸੋ ਝੂਠ ਜਿਹੜਾ ਹੈਗਾ, ਝੂਠ ਅਕਸਰ ਅਸੀਂ ਮੇਰੇ ਖਿਆਲ ਸਵੇਰੇ ਹੀ ਬੋਲਣਾ ਸ਼ੁਰੂ ਕਰ ਦਿੰਦੇ ਹਾਂ। ਅਗਰ ਸੱਚੀਆਂ ਗੱਲਾਂ ਆਪਾਂ ਦਿਮਾਗ ਘੁਮਾਈਏ ਤਾਂ ਉਹੀ ਚੀਜ਼ਾਂ ਨਿਆਣੇ ਸਿੱਖਦੇ ਨੇ ਬਾਅਦ ਦੇ ਵਿੱਚ। ਅਤੇ ਪੰਜਾਬ ਦੀ ਗੱਲ ਕਰੀਏ ਤਾਂ ਬੰਦਾ ਸਵੇਰੇ ਸਵੇਰੇ ਉੱਠ ਕੇ ਮੈਚ ਚੱਲ ਰਿਹਾ ਹੁੰਦਾ, ਕਿਤੇ ਆਸਟ੍ਰੇਲੀਆ ਦੇ ਵਿੱਚ ਮੈਚ ਦੇਖ ਰਿਹਾ ਹੁੰਦਾ ਸਵੇਰੇ ਸਵੇਰੇ ਉੱਠ ਕੇ, ਤਾਂ ਫੋਨ ਆ ਜਾਂਦਾ ਕਿਸੇ ਦਾ, ਤਾਂ ਮੈਚ ਖਰਾਬ ਨਹੀਂ ਕਰਨਾ ਚਾਹੁੰਦਾ ਕ੍ਰਿਕਟ ਦਾ, ਅਤੇ ਫੋਨ ਚੱਕ ਕੇ ਹਾਂਜੀ ਭਾਅ ਜੀ ਕੀ ਹਾਲ ਹੈ ਜੀ, ਸਤਿ ਸ਼੍ਰੀ ਅਕਾਲ ਭਾਈ ਸੁੱਤੇ ਪਏ ਜੀ? ਹਾਂਜੀ ਭਾਅ ਜੀ ਸੁੱਤੇ ਪਏ, ਰਾਤੀ ਲੇਟ ਹੋ ਗਿਆ ਸੁੱਤੇ ਪਏ। ਮੈਂ ਉੱਠ ਕੇ ਕਰਦਾ ਫੋਨ ਪਏ ਨਾਲ ਦੀ ਨਾਲ ਟੀਵੀ ਦੀ ਆਵਾਜ਼ ਉੱਚੀ ਕਰਕੇ, ਉਹ ਯਾਰ ਦੋ ਗੇਂਦਾਂ ਲਗਾਤੀਆਂ ਯਾਰ, ਦੇਖੀ ਕਿੰਨੀ ਭਾਅ ਜੀ ਨੇ ਲਈ, ਕਿੰਨੀ ਲਈ ਵਿਕਟ ਹੋਰ। ਸੋ ਉੱਥੋਂ ਝੂਠ ਬੋਲਣਾ ਸਾਡਾ ਸ਼ੁਰੂ ਹੁੰਦਾ ਮੇਰੇ ਖਿਆਲ ਸਵੇਰੇ, ਅਤੇ ਫਿਰ ਜਦੋਂ ਫਿਰ ਉਹ ਤੋਂ ਬਾਅਦ ਕੰਮ 'ਤੇ ਚਲ ਜਾਂਦੇ ਹਾਂ ਤਾਂ ਝੂਠ ਉੱਥੇ ਫਿਰ ਹੋਰ ਜ਼ਿਆਦਾ ਬੋਲਣਾ ਸ਼ੁਰੂ ਹੋ ਜਾਂਦੇ ਝੂਠ। ਫਿਰ ਮੇਰੇ ਖਿਆਲ ਇੱਕ ਚੀਜ਼ ਜਿਹੜਾ ਮੈਂ ਵਿਸ਼ਾ ਤੁਹਾਡੇ ਕੋਲ ਰੱਖਣਾ, ਉਹ ਇਹ ਹੈ ਵੀ ਕਹਿੰਦੇ ਵੀ ਬਿਜ਼ਨਸ ਝੂਠ ਤੋਂ ਬਿਨਾਂ ਨਹੀਂ ਚੱਲ ਸਕਦਾ, ਕੋਈ ਵੀ ਲੀਡਰ ਝੂਠ ਤੋਂ ਬਿਨਾਂ ਨਹੀਂ ਚੱਲ ਸਕਦਾ। ਲੀਡਰਾਂ ਨੂੰ ਅਸੀਂ ਵੀ ਝੂਠ ਬੋਲਦੇ ਹਾਂ, ਲੀਡਰ ਸਾਰੀਆਂ ਪਾਰਟੀਆਂ ਦੇ ਜਦੋਂ ਆਉਂਦੇ ਨੇ ਪੰਜਾਬ ਦੇ ਸਾਡੇ ਘਰ ਜਾਂ ਉਹਨਾਂ ਦੇ ਨੁਮਾਇੰਦੇ ਆਉਂਦੇ ਨੇ ਅਤੇ ਉਹ ਕਹਿੰਦੇ ਜੀ ਵੋਟ ਸਾਨੂੰ ਪਾਇਓ, ਹਾਂਜੀ ਜੀ ਹਾਂਜੀ ਹੱਥ ਬੰਨ੍ਹ ਕੇ ਵੋਟ ਤੁਹਾਨੂੰ ਪਾਉਣੀ ਹੈ ਜੀ, ਸਿੱਧਾ ਨਿਰਾ ਹੀ ਝੂਠ ਹੁੰਦਾ। ਵੋਟ ਕਿਸੇ ਇੱਕ ਪਾਰਟੀ ਨੂੰ ਪਾਉਣੀ ਹੁੰਦੀ ਹੈ ਅਤੇ ਜੇ ਅੱਠ ਪਾਰਟੀਆਂ ਦੇ ਬੰਦੇ ਆ ਤਾਂ ਕਹਿਣਾ ਉਹਨਾਂ ਨੇ ਅੱਠਾਂ ਨੂੰ ਇਹ ਵੋਟ ਤੁਹਾਨੂੰ ਨਹੀਂ ਪਾਉਣੀ ਅਸੀਂ। ਸੋ ਉਹ ਵੀ ਇੱਕ ਝੂਠ ਜਿਹੜਾ ਹੈਗਾ, ਉਹ ਵੀ ਕਹਿੰਦੇ ਵੀ ਮੌਕੇ ਦਾ ਝੂਠ ਹੁੰਦਾ, ਬੋਲਣਾ ਪੈਂਦਾ। ਹੋਰ ਝੂਠ ਜਿਹੜੇ ਅਸੀਂ ਬੋਲਦੇ ਘਰਾਂ ਦੇ ਵਿੱਚ ਅਕਸਰ ਬੋਲਦੇ ਝੂਠ, ਉਹਨਾਂ ਦਾ ਹਿਸਾਬ ਹੀ ਕੋਈ ਨਹੀਂ ਹੈਗਾ। ਫੋਨ ਜਿਹੜੇ ਹੈਗੇ ਨੇ ਮੋਬਾਈਲ, ਮੇਰੇ ਹਿਸਾਬ ਨਾਲ ਉਹਨਾਂ ਨੇ ਸਭ ਤੋਂ ਵੱਧ ਝੂਠ ਬੋਲਣ ਸਾਨੂੰ ਲਾਇਆ। ਸਭ ਤੋਂ ਪਹਿਲਾਂ ਝੂਠ ਤਾਂ ਇਹ ਬੋਲਦੇ ਆ ਫੋਨ 'ਤੇ ਵੀ ਮੈਂ ਘਰ ਹੀ ਹੈ ਨਹੀਂ। ਮੈਂ ਇੱਕ ਬੰਦੇ ਨੂੰ ਫੋਨ ਕਰਿਆ, ਕਿਤੇ ਗੱਡੀ ਉਹਦੀ ਜਾਂਦੀ ਦੀ ਸੀ ਨਾਲ, ਅਤੇ ਉਦੋਂ ਇਕੱਠੇ ਪੰਜਾਬ ਦੀ ਗੱਲ ਆ ਨਵੇਂ ਸ਼ਹਿਰ ਦੇ ਕੋਲ, ਅਤੇ ਮੈਂ ਕਿਹਾ ਜਲੰਧਰ ਚੱਲੇ ਜਾ, ਜਲੰਧਰ ਹੀ ਚੱਲਦੇ ਕਲਾਕਾਰ ਹੁਣ। ਫੋਨ ਕਰਨ ਕਿੱਥੇ, ਕਹਿੰਦਾ ਭਾਅ ਜੀ ਮੈਂ ਤਾਂ ਚੰਡੀਗੜ੍ਹ। ਮੈਂ ਕਿਹਾ ਯਾਰ ਪਹਿਲਾਂ ਮੈਨੂੰ ਇਹ ਦੱਸ, ਮੈਂ ਤਾਂ ਇੱਥੋਂ ਪੈਸੇ ਪੂਸੇ ਨਹੀਂ ਲੈਣੇ ਕਿਤੇ। ਉਹ ਕਹਿੰਦਾ ਵੀ ਕੀ ਗੱਲ ਭਾਅ ਜੀ? ਮੈਂ ਕਿਹਾ ਵੀ ਝੂਠ ਕਿਉਂ ਬੋਲਦਾ, ਤੂੰ ਤਾਂ ਨਵੇਂ ਸ਼ਹਿਰ ਕੋਲ ਆ। ਉਹ ਹਾਂ ਹਾਂ ਹਾਂ। ਮੈਂ ਕਿਹਾ ਵੀ ਚੱਲ ਕੀ ਕੀ ਦੇ 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 ਇਹ ਝੂਠ ਦੇਖੋ ਕਿ ਬਿਨਾਂ ਗੱਲ ਤੋਂ ਝੂਠ, ਇਹ ਆ ਬਿਨਾਂ ਗੱਲ ਤੋਂ ਝੂਠ। ਕਈ ਲੋੜ ਜ਼ਰੂਰਤ ਵਾਲਾ ਝੂਠ ਹੁੰਦਾ, ਕਈ ਬਚਨ ਵਾਲਾ ਝੂਠ ਹੁੰਦਾ, ਕਿਸੇ ਕੋਲ ਪੈਸੇ ਲੈਣੇ ਆ ਕਿਸੇ ਕਲਾਕਾਰ ਕੋਲ, ਅਤੇ ਉਹ ਕਿਸੇ ਕੋਲ ਬੰਦੇ ਕੋਲ ਲਾ ਲਓ ਕਿਸੇ ਤੋਂ ਪੈਸੇ ਲੈਣੇ ਤੋਂ ਝੂਠ ਬੋਲੂਗਾ, ਭਾਅ ਜੀ ਮੈਂ ਅੱਜ ਦਿੱਲੀ ਹਾਂ। ਫਿਰ ਫੋਨ ਕਰੋ, ਭਾਅ ਜੀ ਅੱਜ ਮੈਂ ਉਹ ਪਹਿਲੀ ਗੱਲ ਤਾਂ ਜਾਂ ਤਾਂ ਉੱਚੀ ਉੱਚੀ ਇੱਦਾਂ ਬੋਲਣ ਲੱਗ ਪੈਂਦੇ ਨੇ ਵੀ ਜਿੱਦਾਂ ਰੇਂਜ ਨਹੀਂ ਹੁੰਦੀ, ਹੈਲੋ 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 ਆਵਾਜ਼ ਨਹੀਂ ਆ ਰਹੀ ਭਾਅ ਜੀ ਆਵਾਜ਼ ਨਹੀਂ ਕਰਕੇ ਫੋਨ ਕੱਟ ਦਿੰਦੇ ਆ। ਜਾਂ ਕਹਿਣਗੇ ਮੈਂ ਦਿੱਲੀ ਹਾਂ, ਜਿਵੇਂ ਫਲਾਨੀ ਜਗ੍ਹਾ ਮੈਂ ਧਿੰਕੜੀ ਜਗ੍ਹਾ, ਉੱਥੇ ਉਹ ਵੀ ਬੰਦਾ ਇੱਕ ਸੀਗਾ ਅਤੇ ਉੱਥੇ ਛੋਲੇ ਭਟੂਰਿਆਂ ਦੀ ਰੇਹੜੀ 'ਤੇ ਖਾ ਰਹੇ ਵੀ ਉੱਥੇ ਛੋਲੇ ਭਟੂਰੇ ਮੋਹਾਲੀ ਸੱਤ ਫੇਸ 'ਤੇ, ਉਹਨੂੰ ਪੁੱਛਿਆ ਕਿਤੇ, ਕਹਿੰਦਾ ਅੱਜ ਤਾਂ ਵਾਰਾਣਸੀ ਆ ਭਾਅ ਜੀ ਮੈਂ। ਉਹ ਵਾਰਾਣਸੀ ਕਿੱਧਰ ਪਹੁੰਚ ਗਿਆ? ਬਸ ਉੱਥੇ ਪ੍ਰੋਗਰਾਮ ਸੀ, ਉੱਥੇ ਆਏ ਸੀਗੇ, ਅਤੇ ਉਹ ਕਹਿੰਦਾ ਵੀ ਐਂ ਕਰ ਪਿੱਛੇ ਮੁੜ ਕੇ ਦੇਖ ਵੀ ਇੱਕ ਪਲੇਟ ਮੇਰੇ ਲਈ ਵੀ ਕਹਿੰਦੇ ਛੋਲੇ ਭਟੂਰਿਆਂ ਦੀ, ਅਤੇ ਆਪਾਂ ਗੱਲ ਕਰ। ਗੱਲ ਮਤਲਬ ਝੂਠ ਦੀ ਅਸੀਂ ਕਰਦੇ ਹਾਂ, ਪਰ ਝੂਠ ਜਿਹੜਾ ਸਭ ਤੋਂ ਵੱਧ ਕਿਹੜੀ ਕੈਟਾਗਰੀ ਬੋਲਦੀ ਹੈ? ਉਹਨਾਂ 'ਚ ਲੀਡਰ ਵੀ ਆ ਗਏ, ਅਸੀਂ ਲੋਕ ਵੀ ਆ ਗਏ, ਅਤੇ ਵਕੀਲ ਵੀ ਆ ਗਏ। ਵੈਸੇ ਕਹਿੰਦੇ ਵਕੀਲ ਝੂਠ ਬੋਲਦੇ ਨੇ ਜ਼ਿਆਦਾ, ਅਤੇ ਇਹ ਨਹੀਂ ਪਤਾ ਹੁਣ ਵਕੀਲ ਝੂਠ ਬੋਲਦੇ ਕਿ ਨਹੀਂ ਬੋਲਦੇ, ਅਤੇ ਹੋ ਸਕਦਾ ਬੋਲਦੇ ਹੁਣ। ਵੈਸੇ ਝੂਠ ਆਮ ਅਸੀਂ ਜ਼ਿੰਦਗੀ ਦੀ ਗੱਲ ਕਰੀਏ ਤਾਂ ਝੂਠ ਸਾਨੂੰ ਬੋਲਣਾ ਪੈ ਜਾਂਦਾ, ਨਹੀਂ ਤਾਂ ਸਿਆਪੇ ਪੈ ਜਾਂਦੇ। ਝੂਠ ਕਈ ਵਾਰੀ ਨਾ ਬੋਲੋ, ਸਿਆਪੇ ਪੈ ਜਾਂਦੇ। ਹੁਣ ਪਤੀ ਪਤਨੀ ਦੀ ਗੱਲ ਕਰ ਲਓ, ਹੁਣ ਪਤੀ ਲੇਟ ਹੋ ਗਿਆ, ਜੇ ਉਹਨੇ ਸੱਚ ਦੱਸਤਾ ਵੀ ਕਿੱਥੋਂ ਆਇਆ, ਤਾਂ ਸਿਆਪਾ ਹੀ ਪੈਣਾ। ਫਿਰ ਉਹਨੂੰ ਝੂਠ ਬੋਲਣਾ ਪੈਂਦਾ ਜੀ ਮੈਂ ਫਲਾਨੇ ਦੋਸਤ ਦੀ ਮਾਂ ਬਹੁਤ ਬਿਮਾਰ ਸੀ, ਉਹ ਹਸਪਤਾਲ ਦਾਖਲ ਸੀ, ਉਹਦਾ ਪਤਾ ਲੈ ਕੇ ਆਇਆ। ਪੰਜਾਬ ਤੋਂ ਕਿਸੇ ਬੰਦੇ ਨੇ ਬਾਹਰ ਫੋਨ ਕੀਤਾ, ਭਾਅ ਜੀ 2,00,000 ਰੁਪਇਆ ਭੇਜੋ, ਤੁਹਾਡੀ ਭਰਜਾਈ ਦੇ ਨਾ ਹਾਰਟ ਦਾ ਆਪਰੇਸ਼ਨ ਹੈ। ਇੰਗਲੈਂਡ ਕਿਸੇ ਬੰਦੇ ਨੂੰ ਫੋਨ ਕੀਤਾ ਪੰਜਾਬ ਤੋਂ, 2,00,000 ਭੇਜੋ ਵੀ ਬਹੁਤ ਬੁਰਾ ਹਾਲ ਆ, ਉਹਦਾ ਆਪਰੇਸ਼ਨ ਹੋਣਾ, ਬਾਈਪਾਸ ਸਰਜਰੀ ਹੋਣੀ ਆ, ਅਤੇ ਉਹ ਭੇਜੋ। ਤਾਂ ਉਹਨੇ ਭੇਜਤਾ, ਅਤੇ ਉਹ ਕੁਦਰਤੀ ਕਿਤੇ 10-15 ਦਿਨਾਂ ਬਾਅਦ ਉਹਦਾ ਵੀ ਪੰਜਾਬ ਗੇੜਾ ਲੱਗ ਗਿਆ। ਉਹ ਗਿਆ ਪਤਾ ਲੈਣ, ਕਿਤੇ ਭਰਜਾਈ 'ਚ ਕੀ ਹਾਲ ਤੁਹਾਡਾ ਹੁਣ? ਕਹਿੰਦੇ ਕਿ ਮੈਨੂੰ ਕੀ ਹੋਇਆ? ਉਹ ਕਹਿੰਦੇ ਕੁਛ ਨਹੀਂ ਹੋਇਆ, ਤੁਹਾਡਾ ਆਪਰੇਸ਼ਨ ਨਹੀਂ ਸੀ। ਕਹਿੰਦੇ ਕਿਹੜਾ ਆਪਰੇਸ਼ਨ? ਕਿ ਤੁਹਾਨੂੰ ਕਿਹਨੇ ਕਿਹਾ? ਤਾਂ ਫਿਰ ਉਹਨੇ ਦੱਸਿਆ ਵੀ ਭਾਈ ਇੱਦਾਂ ਤੇਰੇ ਘਰ ਆਉਣੇ ਨੇ ਕਿਹਾ ਵੀ ਤੇ ਇਹਦਾ ਆਪਰੇਸ਼ਨ 2,00,000 ਰੁਪਇਆ ਮੈਥੋਂ ਮੰਗਾਇਆ। ਚਲੋ ਝੂਠ ਬਾਰੇ ਤੁਹਾਡੇ ਕੀ ਵਿਚਾਰ ਨੇ, ਆਪਾਂ ਕਾਲਾਂ ਲੈਂਦੇ ਫਟਾਫਟ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ ਰਜੇਸ਼ ਭਗਤ ਜੀ, ਮੇਰੇ ਖਿਆਲ ਹੈਗੇ ਤੁਸੀਂ ਆਉਣੇ ਹੋ ਜੀ, ਗੱਲ ਕਰੋ। ਹੈਲੋ, ਮੈਂ ਕਾਲ ਤੁਹਾਡੀ ਹੋਲਡ ਕਰਨ ਲੱਗਾ ਤਾਂ ਫਿਰ ਤੁਹਾਡੇ ਕੋਲ ਆਊਂਗਾ, ਤਾਂ ਕਾਲ ਬੜੀ ਦੇਰ ਦੀ ਹੋਲਡ ਪਈ ਹੈ ਤੁਹਾਡੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮਨਜੀਤ ਸਿੰਘ ਜੀ, ਮੈਂ ਮਾੜਾ ਜਿਹਾ ਹੋਲਡ ਰੱਖਿਓ, ਕਾਲਾਂ ਬਹੁਤ ਤੜਾ ਤੜਾ ਜਾ ਰਹੀਆਂ ਨੇ ਔਰ ਝੂਠ ਦੇ ਆਲੇ ਦੁਆਲੇ ਘੁੰਮਣਾ ਚਾਹੁੰਦੇ ਨੇ ਸਾਡੇ ਲੋਕ। ਹਾਂਜੀ ਮਨਜੀਤ ਸਿੰਘ ਜੀ, ਪਹਿਲੀ ਗੱਲ ਤਾਂ ਆਪਣੇ ਨਾ ਸਭ ਤੋਂ ਵੱਡਾ ਝੂਠ ਜਿਹੜੇ ਮੰਤਰੀ ਜਿਨ੍ਹਾਂ ਨੇ ਵੋਟਾਂ ਵਟਾਉਣੀਆਂ, ਲੋਕਾਂ ਨਾਲ ਵਹਿਲੇ ਕਰਨੇ, ਹੈ ਤੇ ਦੂਜੇ ਨੰਬਰ ਤੇ ਆ ਜਾਂਦੇ ਆ ਜਿਹੜੇ ਵਕੀਲ ਜਾਂ ਹੋਰ ਵੀ ਬੰਦੇ ਕਾਫੀ ਆ ਜਿਹੜੇ ਇਹਨਾਂ ਕੈਟਾਗਰੀਆਂ ਚ ਹੈਗੇ ਆ। ਤੇ ਤੀਜੇ ਨੰਬਰ ਤੇ ਆਮ ਜਿਹੜੀ ਪਬਲਿਕ ਆ ਉਹਨਾਂ ਦਾ ਵੀ ਇਹੀ ਕੰਮ ਆ ਬਈ ਕਈ ਬੰਦਿਆਂ ਦਾ ਝੂਠ, ਪਰ ਝੂਠ ਦੇ ਟਾਇਰ ਕਦੇ ਨੀ ਹੁੰਦੇ।
ਪਰ ਮੈਂ ਕਹਿੰਦਾ ਅੱਜ ਮੈਂ ਕਹਿੰਦਾ ਅੱਜ ਕੱਲ੍ਹ ਦੀ ਜੇ ਗੱਲ ਕਰੀਏ ਤਾਂ ਝੂਠ ਬੋਲਣ ਵਾਲੇ ਸੱਚ ਨਾਲੋਂ ਵਧੀਆ ਬੋਲਦੇ। ਬੋਲਦੇ ਤਾਂ ਹੈ ਅੱਛਾ ਚਲੋ ਇੱਕ ਪਰ ਆਪਾਂ ਮਨਜੀਤ ਸਿੰਘ ਜੀ ਇੱਕ ਝੂਠ ਸਾਨੂੰ ਬੋਲਣਾ ਪੈਂਦਾ ਕਿਸੇ ਕਾਰਨ ਕਰਕੇ ਵੋਟਾਂ ਵਾਲੇ ਲੀਡਰਾਂ ਨੂੰ ਬੋਲਣਾ ਪੈਂਦਾ ਵੋਟਾਂ ਲੈਣ ਕਰਕੇ ਵੋਟਾਂ ਨੂੰ ਬੋਲਣਾ ਪੈਂਦਾ ਆਪਦੇ ਕੰਮ ਕਢਾਉਣ ਕਰਕੇ ਘਰ ਵਾਲਿਆਂ ਨੂੰ ਬੋਲਣਾ ਪੈਂਦਾ ਆਪਣੇ ਆਪ ਨੂੰ ਬਚਾਉਣ ਕਰਕੇ ਅਤੇ ਇੱਕ ਲੋਕ ਉਹ ਝੂਠ ਬੋਲਦੇ ਨੇ ਜਿਹਨਾਂ ਦਾ ਜਿਸ ਝੂਠ ਦਾ ਕੋਈ ਫਾਇਦਾ ਨਹੀਂ ਹੈਗਾ ਅਤੇ ਦੂਜੀ ਗੱਲ ਮੈਂ ਪੁੱਛਣੀ ਚਾਹੁੰਦਾ ਵੀ ਵਾਕਿਆ ਬਿਜ਼ਨਸ ਜਿਹੜੇ ਨੇ ਸਿਆਣੇ ਕਹਿੰਦੇ ਨੇ ਵੀ ਬਿਜ਼ਨਸ ਕੋਈ ਵੀ ਕੰਮ ਕਾਰ ਹੈਗਾ ਉਹ ਝੂਠ ਤੋਂ ਬਿਨਾਂ ਨਹੀਂ ਚੱਲਦਾ ਪੰਜਾਬ ਦੀ ਜੇ ਗੱਲ ਕਰੀਏ ਇੱਧਰ ਤਾਂ ਟੈਗ ਲੱਗੇ ਹੋਏ ਨੇ ਚੱਕੋ ਚੀਜ਼ ਲੈਣੀ ਲਓ ਨਹੀਂ ਲੈਣੀ ਨਾ ਲਓ ਪੰਜਾਬ ਦੇ ਵਿੱਚ ਗਾਹਕ ਨੂੰ ਇਹੀ ਕਹਿੰਦਾ ਦੁਕਾਨਦਾਰ ਭਾਜੀ ਤੁਹਾਡੇ ਵਾਸਤੇ ਰੇਟ ਹੈ ਹਾਂਜੀ ਉੱਥੇ ਦਾ ਉੱਥੇ ਦਾ ਰੀਅਲੀ ਉਹਦਾ ਉੱਪਰ ਇੰਨਾ ਝੂਠ ਦਾ ਸੱਚ ਬਣਾ ਦਿੰਦੇ ਆ ਬੰਦਾ ਜਦੋਂ ਬਾਅਦ ਚ ਠੱਗ ਹੋ ਜਾਂਦਾ ਫੇਰ ਦੇਖਦਾ ਬੰਦਾ ਵੀ ਆਹ ਕੀ ਹੋਇਆ ਹਾਦੀ ਹਾਂਜੀ ਹਾਂਜੀ ਇੱਧਰ ਇੱਧਰ ਚਾਹੇ ਕੋਈ ਵੀ ਬੰਦਾ ਇੱਥੇ ਚਾਹੇ ਆਪਣੀ ਗਾਹਾਂ ਦੀ ਜਨਰੇਸ਼ਨ ਲਾ ਲਓ ਬੱਚਿਆਂ ਨੂੰ ਜੇ ਨਾਲ ਕਿਤੇ ਲੈ ਜਾਓ ਨਾ ਤੁਸੀਂ ਕੋਈ ਕਿਸੇ ਨਾਲ ਮੜ ਜਾ ਆਪਣਾ ਪੰਜਾਬੀਆਂ ਵਾਲਾ ਕੰਮ ਕਰੋ ਹੇਠਾਂ ਉੱਤੇ ਹੈ ਨਾ ਪ੍ਰਾਈਜ਼ ਪੂਰੀ ਕਰੋ ਤਾਂ ਨਿਆਣੇ ਗੱਡੀ ਜਾ ਕੇ ਤੁਹਾਡੇ ਕੱਲ ਪੈਂਦੇ ਆ ਤੁਸੀਂ ਚੀਟਿੰਗ ਕਰਦੇ ਆ ਹਨਾ ਚਲੋ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਹਾਡੀ ਉਹਨਾਂ ਦੇ ਦਿਮਾਗ 'ਚ ਇਹੀ ਗੱਲ ਭਰਦੇ ਹੈ ਨਾ ਸਕੂਲਾਂ 'ਚ ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਇਹ ਗੱਲਾਂ ਜਿਹੜੀਆਂ ਬੜੀਆਂ ਡੂੰਘੀਆਂ ਨੇ ਵੈਸੇ ਦੇਖਿਆ ਜਾਵੇ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਝੂਠ ਬਾਰੇ ਕੀ ਝੂਠ ਜਿਹੜਾ ਜ਼ਰੂਰੀ ਅੱਜ ਦੀ ਲਾਈਫ ਦੇ ਵਿੱਚ ਹੈਗਾ ਜਾਂ ਅਸੀਂ ਵੈਸੇ ਵੀ ਬੋਲ ਜਾਂਦੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਗਿਆਨ ਸਿੰਘ ਜੀ ਬਹੁਤ ਬਹੁਤ ਸਵਾਗਤ ਹਾਂਜੀ ਹਾਂ ਉਹ ਜੱਗੀ ਸਾਹਿਬ ਗੱਲ ਇਹ ਹੈ ਵੀ ਸਮੇਂ ਨਾਲ ਹਰ ਚੀਜ਼ ਵੱਧਦੀ ਆ ਅੱਛਾ ਜੀ ਅਸੀਂ ਅਸੀਂ ਉਹ ਸਮਾਂ ਦੇਖਿਆ ਉਦੋਂ ਝੂਠ ਘੱਟ ਸੀਗਾ ਹਨਾ ਉਦੋਂ ਗਰੀਬੀ ਸੀ ਲੋਕਾਂ ਕੋਲ ਮਿਹਨਤੀ ਲੋਕ ਸੀਗੇ ਤੇ ਪਿਆਰ ਬਹੁਤ ਸੀ ਆਪਸ ਵਿੱਚ ਹੀ ਤੇ ਮਿਹਨਤ ਕਰਕੇ ਉਹਦਾ ਅੰਨ ਪਾਣੀ ਛਕਦੇ ਸੀਗੇ ਤੇ ਉਹ ਫਿਰ ਉਦੋਂ ਘੱਟ ਬੋਲਣਾ ਪੈਂਦਾ ਸੀ ਸੀਗਾ ਪਰ ਬਹੁਤ ਘੱਟ ਜਿਵੇਂ 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 ਪੈਸਾ ਵੱਧ ਗਿਆ ਜਿਵੇਂ ਜਿਵੇਂ ਸਾਇੰਸ ਆ ਗਈ ਜਿਵੇਂ ਜਿਵੇਂ ਤਰੱਕੀਆਂ ਕੀਤੀਆਂ ਨਾਲ 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 ਝੂਠ ਚ ਵਧੀ ਗਿਆ ਜੀ ਹਾਂਜੀ ਇਹ ਸਮੇਂ ਦੀ ਗੱਲ ਹੈਗੀ ਆ ਹੁਣ ਇਸ ਵੇਲੇ ਸਾਰੀਆਂ ਗੱਲਾਂ ਝੂਠ ਬੰਦਾ ਕਰ ਸਕਦਾ ਜਿਵੇਂ ਤੂੰ ਟੈਲੀਫੋਨ ਦੀ ਗੱਲ ਕੀਤੀ ਆ ਜਿਵੇਂ ਤੂੰ ਹੋਰ ਬਹਾਨੇ ਦੀ ਗੱਲ ਕੀਤੀ ਜਿਹਨੇ ਮਰਜ਼ੀ ਬਹਾਨੇ ਲਾ ਲਓ ਠੀਕ ਨਹੀਂ ਤੇ ਇਸ ਕਰਕੇ ਇਹ ਸਮੇਂ ਸਮੇਂ ਨਾਲ ਹਰ ਚੀਜ਼ ਵੱਧਦੀ ਆ ਤੇ ਵਧੀਆ ਹੈਗਾ ਵੀ ਝੂਠ ਹਰ ਬੰਦਾ ਬੋਲਦਾ ਹੀ ਆ ਸਾਧੂ ਸੰਤ ਤੱਕ ਬੋਲਦੇ ਮੈਂ ਦੇਖ ਲਏ ਆ ਜਿਹਨਾਂ ਨੂੰ ਆਪਾਂ ਪੂਜਦੇ ਆ ਨਾ ਜਿਹਨਾਂ ਨੂੰ ਪੂਜਦੇ ਆ ਜਿਹਨਾਂ ਨੂੰ ਪੂਜਦੇ ਆ ਹਾਂਜੀ ਉਹ ਕਿਸ ਤਰ੍ਹਾਂ ਦਾ ਝੂਠ ਬੋਲਦੇ ਜੀ ਉਹ ਹੁਣ ਝੂਠ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਵੀ ਇੱਕ ਚਲੋ ਇੱਕ ਸੰਸਥਾ ਹੈਗੀ ਆ ਉਹਦਾ ਇੱਕ ਸ਼ਗੇ ਉਹਨਾਂ ਦਾ ਇੱਕ ਸੀਗਾ ਸ਼ਰਧਾਲੂ ਉਹ ਮੈਨੂੰ ਕਹੇ ਜੀ ਆਪਾਂ ਜ਼ਰੂਰ ਜਾਣਾ ਉਹਨਾਂ ਕੋਲ ਉਹ ਤੁਹਾਨੂੰ ਰੱਬ ਦਿਖਾਲ ਦੇਣਗੇ 2 ਮਿੰਟਾਂ 'ਚ ਉਹ ਮੈਂ ਕਿਹਾ ਐਡਾ ਵੱਡਾ ਝੂਠ ਐਡੀ ਵੱਡੀ ਸੰਸਥਾ ਤੁਹਾਡੀ ਕਹਿੰਦਾ ਨਹੀਂ ਤੁਸੀਂ ਮੰਨ ਜਾਓਗੇ ਹੈ ਤੁਸੀਂ ਮੰਨ ਜਾਓਗੇ ਝੂਠ ਬਈ ਨਹੀਂ ਸੱਚ ਹੈ ਉਹ ਪੰਜ ਪੰਜਾਂ ਮਿੰਟ ਰੱਬ ਦਿਖਾਲ ਦਿੰਦੇ ਆ ਉਹ ਰੋਜ਼ ਮੈਨੂੰ ਕਿਹਾ ਕਰੇ ਇੱਕ ਦਿਨ ਫਿਰ ਨਾਲ ਇੱਕ ਹੋਰ ਮੁੰਡਾ ਲਿਆ ਕੇ ਬੰਦਾ ਚਲ ਗਿਆ ਸੀ ਉਹਨਾਂ ਦੇ ਡੇਰੇ 'ਚ ਤੇ ਉਹਨਾਂ ਦੇ ਉਹ ਜਿਹੜੇ ਸੀਗੇ ਨਾ ਪਾਸਕ ਰੱਖੇ ਹੋ 5-7-10 ਹਾਂ ਉਹ ਲੈ ਕੇ ਤੇ ਇੱਕ ਕਮਰੇ 'ਚ ਮੈਨੂੰ ਲੈ ਕੇ ਬਹਿ ਗਏ ਤੇ ਉਹ ਬੜਾ ਹੀ ਖੁਸ਼ ਵੀ ਮੈਂ ਹੋਰ 2 ਸਾਮੀਆਂ ਲੈ ਆਉਂਦੀਆਂ ਹਨਾ ਤੇ ਉਹ ਪਹਿਲਾਂ ਮੈਨੂੰ ਕਹਿੰਦਾ ਪਹਿਲਾਂ ਕਹਿੰਦੇ ਦੇਖੋ ਜੀ ਆਪਾਂ ਜਿੰਨੇ ਵੀ ਰੱਬ ਦੇ ਬੰਦੇ ਹਾਂ ਇੱਕੋ ਹੀ ਆ ਆਪਾਂ ਤੁਹਾਡੇ ਮੇਰੇ 'ਚ ਫਰਕ ਨਹੀਂ ਉਸ ਬੰਦੇ ਨੇ ਹਾਂ ਗੱਲ ਕੀਤੀ ਪਹਿਲਾਂ ਠੀਕ ਹੈ ਮੈਂ ਨੋਟ ਕਰ ਲਈ ਆਪਾਂ ਨੂੰ ਬਿਲਕੁਲ ਇੱਕ ਦੂਜੇ ਦਾ ਇੱਕੋ ਹੀ ਸਮਝਣਾ ਚਾਹੀਦਾ ਇਹ ਨਹੀਂ ਕਿ ਮੈਂ ਵੱਡਾ ਤੂੰ ਵੱਡਾ ਆ ਪਰ ਅਸੂਲ ਹੋਣੇ ਚਾਹੀਦੇ ਬੰਦੇ ਦੇ ਖੈਰ ਇੰਨੀ ਗੱਲ ਕਰਕੇ ਫਿਰ ਉਹਨੂੰ ਝੂਠ ਬੋਲਣਾ ਮੈਂ ਉਹ ਦੱਸਣਾ ਸ਼ੁਰੂ ਕਰ ਦਿੱਤਾ ਕਹਿੰਦੇ ਤੁਸੀਂ ਹਰ ਬੰਦਾ ਕਹਿੰਦਾ ਆ ਵੀ ਰੱਬ ਹਰ ਜਗ੍ਹਾ ਹੈਗਾ ਮੰਨਦੇ ਆ ਮੈਂ ਕਿਹਾ ਹੈਗਾ ਕਹਿੰਦਾ ਜ਼ਮੀਨ ਤੋਂ ਸਮਾਨ ਤੱਕ ਰੱਬ ਹੈਗਾ ਮੈਂ ਕਿਹਾ ਹੈਗਾ ਫਿਰ ਬਾਹਾਂ ਚੌੜੀਆਂ ਕਰ ਲਈਆਂ ਉਹਨੇ ਕਹਿੰਦਾ ਕਹਿੰਦਾ ਇਹਦੇ ਵਿੱਚ ਰੱਬ ਹੈਗਾ ਮੈਂ ਕਿਹਾ ਹੈਗਾ ਹੌਲੀ 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 ਦੋਵੇਂ ਹੱਥ ਲੱਗ ਗਏ ਕਰਕੇ ਲੈ ਇਹਨਾਂ ਦੋਵਾਂ ਦੇ ਵਿੱਚ ਰੱਬ ਹੈਗਾ ਦਿਸ ਪਿਆ ਤੈਨੂੰ ਦਿਸ ਪਿਆ ਇਹ ਮੈਂ ਤੁਹਾਨੂੰ ਮੈਂ ਪ੍ਰੈਕਟੀਕਲ ਦੱਸਦਾ ਆ ਜੋ 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 ਮੇਰੇ ਨਾਲ ਬੀਤੀ ਮੈਂ ਸੁਣੀ ਦਾ ਗੱਲ ਘੱਟ ਕਰਦਾ ਆ ਤੇ ਮੈਂ ਕਿਹਾ ਜੀ ਮੈਨੂੰ ਤਾਂ ਰੱਬ ਦਿਸ ਪਿਆ ਪਰ ਮੈਨੂੰ ਪਹਿਲੀ ਗੱਲ ਨੀ ਭੁੱਲਿਆ ਉਹ ਕਹਿੰਦਾ ਚਲੋ ਠੀਕ ਹੈ ਜੀ ਤੁਸੀਂ ਮੰਨ ਗਏ ਝੂਠ ਹੈਗਾ ਮੈਂ ਝੂਠ ਰੱਬ ਹੈਗਾ ਆ ਉਹ ਜਿਹੜਾ ਬੰਦਾ ਗਿਆ ਸੀ ਬੜਾ ਖੁਸ਼ ਹੋਇਆ ਲਓ ਜੀ ਇਹ ਕਾਬੂ ਆ ਗਿਆ ਗਿਆਨ ਸਿੰਘ ਇਹ ਤਾਂ ਕਾਬੂ ਆਉਂਦਾ ਨੀ ਕਿਸੇ ਦੇ ਹੈ ਤੇ ਉਹ ਮੈਨੂੰ 2-3-4 ਹੋਰ ਬੈਠੇ ਸੀ ਉਹਨਾਂ ਦੇ ਜਿਹੜੇ ਆਏ ਸੀ ਮਿਲਣ ਵਾਲੇ ਉਹਨੂੰ ਪੈਰੀਆਂ ਥਲਾਏ ਜਾਂ ਉੱਠੀ ਜਾਵੇ ਉਹ ਉੱਠੇ ਨਾ ਮੰਜੇ ਤੋਂ ਉਹ ਬੈਠਾ ਰਿਹਾ ਤੇ ਮੈਨੂੰ ਇਸ਼ਾਰੇ ਕਰਦਾ ਜਿਹੜਾ ਬੰਦਾ ਲੈ ਕੇ ਗਿਆ ਸੀਗਾ ਪੰਡਿਤ ਕਹਿੰਦਾ ਲਾ ਪੈਰੀਆਂ ਹੱਥ ਇਹਨਾਂ ਨੂੰ ਉੱਠ ਕੇ ਹੋਰ ਵੀ ਪਾਸੇ ਮਿਲਣਾ ਕਈਆਂ ਨੂੰ ਮੈਂ ਕਿਹਾ ਇਹਨਾਂ ਹੁਣੇ ਪਹਿਲਾਂ ਕਿਹਾ ਸੀਗਾ
ਵੀ ਆਪਾਂ ਇੱਕੋ ਹੀ ਆ, ਕੋਈ ਫਰਕ ਨਹੀਂ, ਜਿੰਨੇ ਰੱਬ ਦੇ ਇਨਸਾਨ ਹੈਗੇ ਆ ਇੱਕੋ ਜਿੰਨੇ ਆਪਣੀ ਅਸਲੀ ਹੈ, ਇੱਕੋ ਜਿੰਨੀ ਗੱਲ ਆ। ਹੁਣ ਮੈਂ ਤੇ ਇਹ ਦੇਖਦਾ ਵੀ ਕਿਹੜੀ ਕਿਹੜੀ ਮੇਰੇ ਪੈਰੀਆਂ ਸਲੈਬ ਤੇ ਮੈਂ ਘਰ ਜਾਵਾਂ। ਠੀਕ ਹੈ ਜੀ, ਠੀਕ ਹੈ, ਬਿਲਕੁਲ ਸਹੀ। ਹੁਣ ਤੇ ਮੈਂ ਇਹ ਹੁਣ ਤੇ ਮੈਂ ਤੂੰ ਪੰਡਤਾ ਤੂੰ ਮੈਨੂੰ ਤਾਂ ਪਹਿਲਾਂ ਪਤਾ ਸੀਗਾ ਵੀ ਮੈਂ ਤਾਂ ਹੁਣ ਇਹ ਵੇਟ ਕਰਦਾ ਵੀ ਯਾਰ ਕਹਿੰਦਾ ਨਾ ਇਹ ਉੱਠਦਾ ਨੀਗਾ ਵੀ ਮੈਂ ਪੈਰੀਆਂ ਸਲਾਵਾਂ, ਮੈਂ ਤੇਰੀ ਪਹਿਲੀ ਗੱਲ ਤੇ ਪੱਕਾ ਆ, ਮਿਹਰਬਾਨੀ। ਮੈਂ ਤੇ ਵਿਸ਼ਵਾਸ ਕਰ ਲਿਆ ਸੀ ਉਹਦੇ ਤੇ ਵੀ ਆਪਾਂ ਇੱਕੋ ਹੀ ਆ ਸਾਰੇ, ਕੋਈ ਫਰਕ ਨੀਗਾ, ਠੀਕ ਨੀ, ਜਿੰਨੇ ਜਿੰਨੇ ਪਰਮਾਤਮਾ ਦੇ ਬੰਦੇ ਹੈਗੇ ਆ। ਥੈਂਕ ਯੂ ਸਰ ਜੀ। ਤੇ ਹੁਣ ਮੈਂ ਤੇਰੀ ਵੇਟ ਕਰਦਾ, ਮੇਰੇ ਵੇਲੇ ਮੈਂ ਆਪਣੇ ਘਰ ਜਾਵਾਂ। ਸੋ ਇਸ ਕਰਕੇ ਮਹਾਰਾਜ ਝੂਠ ਤਾਂ ਹਰ ਜਗ੍ਹਾ ਹੈਗਾ ਹੀ, ਜਿਵੇਂ ਕਹਿ ਲਈਏ ਅਸੀਂ ਵੀ ਬੋਲਦੇ ਹਾਂ, ਸਾਰੇ ਬੋਲਦੇ ਹੀ ਆ, ਪਰ ਜਾਇਜ਼ ਜਾਇਜ਼ ਝੂਠ ਚੱਲ ਜਾਂਦਾ ਆ, ਜਿਹੜਾ ਨਜਾਇਜ਼ ਨਹੀਂ ਚੱਲਦਾ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਝੂਠ ਖੈਰ ਬੋਲਣਾ ਪੈ ਜਾਂਦਾ, ਪਰ ਕਿਸੇ ਨੂੰ ਜਿਹੜਾ ਨੁਕਸਾਨ ਕਰਦਾ ਝੂਠ ਜਦੋਂ ਅਸੀਂ ਉਹ ਬੋਲਦੇ ਹਾਂ ਉਹ ਬਹੁਤ ਮਾੜੀ ਗੱਲ। ਹੈਲੋ 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 ਜਗਤਾਰ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਗੁਰਦੀਪ ਸਿੰਘ ਸੰਦਰ ਸਾਹਿਬ। ਹਾਂਜੀ, ਇੱਕ ਨਾ ਦੇਸ਼ ਵਿੱਚ ਰਾਜਾ ਜਿਹੜਾ ਸੀਗਾ, ਇੱਕ ਦੇਸ਼ ਦਾ ਰਾਜਾ, ਉਹ ਬਹੁਤ ਹੀ ਕਾਲਾ, ਕਰੂਪ, ਧੂਆਂ, ਬਹੁਤ ਬੇਢੰਗਾ ਜਿਹਾ, ਬਦਸੂਰਤ। ਤੇ ਉਹਨੇ ਇੱਕ ਦਿਨ ਸੋਚਿਆ ਵੀ ਮੈਂ ਸੋਹਣੀਆਂ ਸੋਹਣੀਆਂ ਨਰਤਕੀਆਂ ਬੁਲਾਵਾਂ, ਉਹਨਾਂ ਦੇ ਡਾਂਸ ਡੂੰਸ ਕਰਾਵਾਂ। ਨਰਤਕੀਆਂ ਆਈਆਂ, ਇੱਕ ਬਹੁਤ ਹੀ ਖੂਬਸੂਰਤ ਨਰਤਕੀ ਸੀ, ਬਹੁਤ ਜ਼ਿਆਦਾ ਸੋਹਣੀ, ਯਾਨੀ ਪੂਰਾ ਹੁਸਨ ਹੋਇਆ, ਡੁੱਲ ਡੁੱਲ ਪੈਂਦਾ ਸੀ। ਉਹਨੇ ਸੋਚਿਆ ਅੱਜ ਰਾਜੇ ਨਾਲ ਮਜ਼ਾਕ ਕਰਾਂ। ਉਹਨੇ ਰਾਜੇ ਨੂੰ ਕਿਹਾ ਵੀ ਜਦੋਂ ਤੁਸੀਂ ਰਾਜਾ ਸਾਹਿਬ ਜੱਗ ਤੇ ਆਏ ਤਾਂ ਭਗਵਾਨ ਕੋਲੋਂ, ਰੱਬ ਕੋਲੋਂ ਸਰੂਪ ਕਿਉਂ ਨੀ, ਹੁਸਨ ਕਿਉਂ ਨੀ ਮੰਗਿਆ? ਤਾਂ ਰਾਜਾ ਬੋਲਿਆ ਵੀ ਗੱਲ ਏਦਾਂ, ਬਈ ਤੂੰ ਸੀ ਖੜੀ ਹੁਸਨ ਵਾਲੀ ਲੈਣ ਚ, ਤੈਨੂੰ ਰੱਬ ਨੇ ਤੈਨੂੰ ਹੁਸਨ ਮਿਲ ਗਿਆ, ਮੈਂ ਜਿਹੜੀ ਕਤਾਰ ਤੇ ਖੜਾ ਸੀ ਉਹ ਕਿਸਮਤ ਵਾਲੀ ਕਤਾਰ ਸੀ, ਮੈਨੂੰ ਕਿਸਮਤ ਮਿਲ ਗਈ, ਮੈਂ ਰਾਜਾ ਬਣ ਗਿਆ। ਤੇ ਏਦਾਂ ਹੀ ਜਿਹੜੇ ਝੂਠ ਬੋਲਣ ਵਾਲੇ ਲੋਕ ਆ, ਇਹ ਮੈਨੂੰ ਲੱਗਦਾ ਵੀ ਝੂਠ ਵਾਲੀ ਕਤਾਰ ਤੇ ਖੜੇ ਹੋਣੇ ਆ, ਤੇ ਇਹਨਾਂ ਨੂੰ ਝੂਠ ਵੀ ਕਿਤਨਾ ਅਜੀਬ ਹੋਤਾ ਹੈ, ਝੂਠ ਵੀ ਕਿਤਨਾ ਅਜੀਬ ਹੋਤਾ ਹੈ, ਖੁਦ ਬੋਲੋ ਤੋ ਕਿਤਨਾ ਅੱਛਾ ਲੱਗਤਾ ਹੈ, ਦੂਸਰੇ ਬੋਲੇ ਤੋ ਗੁੱਸਾ ਆਤਾ ਹੈ। ਜੀ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡੀ। ਇੱਕ ਦੀ ਕਾਲ ਹੋਰ ਲੈ ਲਈ ਹੈ ਹਜੇ ਬ੍ਰੇਕ ਤੋਂ ਪਹਿਲਾਂ। ਹੈਲੋ 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 ਜੀ, ਹੈਲੋ ਜੀ, ਹਾਂਜੀ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਦੇ ਜੀ? ਕਿਰਪਾ ਜੀ, ਕਿਰਪਾ ਕਿਰਪਾ। ਹਾਂਜੀ, ਝੂਠ ਹੈ ਤਾਂ ਚਲੋ ਸਾਰੇ ਬੋਲਦੇ ਆ, ਆਪਾਂ ਹੁਣ ਜਿਹੜਾ ਬਿਨੈ ਮਦਵਲ ਤੋਂ ਕੱਲ ਅਸੀਂ ਨਾ ਗੁਰਦੁਆਰੇ ਬੈਠੇ ਕਿਸੇ ਬੰਦੇ ਨੂੰ ਆ ਗਿਆ ਫੋਨ ਤੇ, ਨਿਆਣਾ ਚੱਕ ਲਿਆਉਣਾ, ਮੈਂ ਬਸ ਗਿਆ, ਮੈਂ ਸਕੂਲ ਦੇ ਲਾਗੇ ਪਹੁੰਚਣਾ ਮੈਂ। ਇਹ ਸੱਚੀ ਮੁੱਚੀ ਇਹ ਚੀਜ਼, ਮੋਬਾਈਲ ਵਾਲਾ ਝੂਠ ਤਾਂ ਆਮ ਹੈ। ਹੁਣ ਮੈਂ ਤੁਹਾਡਾ ਫੋਨ ਨੀ ਚੱਕਣਾ, ਉਹ ਨਹੀਂ ਮੈਂ ਯਾਰ ਜੱਜ ਜੀ ਉੱਥੇ ਦਾ ਇੱਥੇ ਮੈਂ ਫੋਨ ਤਾਂ ਲਾਇਆ ਸੀ, ਪਤਾ ਨੀ ਮੈਨੂੰ ਵਾਜੀ ਨੀ ਆਈ ਬਾਜੀ। ਬਹੁਤ ਆਏ ਪੰਜਾਬ ਦੀ ਗੱਲ ਕਰੀਏ ਤਾਂ ਕਿੱਥੇ ਉਹ ਫੋਨ ਤੇ ਪੁੱਛਦੇ, ਘਰ ਵਾਲੀ ਪੁੱਛਦੀ, ਪਤਾ ਕਿੱਥੇ ਬਾ ਮੋੜ ਤੇ ਆਏ, ਨੀ ਪਤਾ ਕਿਹੜੇ ਮੋੜ ਤੇ ਆ ਬਈ, ਇਹ ਨੀ ਪਤਾ। ਕਹਿੰਦੇ ਹਰ ਪਾਸੇ ਹੀ ਸ਼ੋਰ ਬੜਾ ਹੈ, ਬੰਦਾ ਕਿਉਂ ਕਮਜ਼ੋਰ ਬੜਾ ਹੈ, ਬੀਬਾ ਹਰ ਕੋਈ ਲੱਗਦਾ ਪਰ ਬੇਈਮਾਨੀ ਦਾ ਜ਼ੋਰ ਬੜਾ ਹੈ, ਉੱਪਰੋਂ ਜਾਪੇ ਸੁਖੀ ਬੜਾ, ਅੰਦਰੋਂ ਭਾਰੇ ਦੁਖੀ ਬੜਾ ਆ, ਕੀ ਕਰੀਏ ਇਸ ਬੰਦੇ ਦਾ ਫਿਰ ਅਸਲੀ ਗੋਰਖ ਧੰਦੇ ਦਾ। ਕਹਿੰਦਾ ਇਹਦੇ ਕੋਈ ਜਵਾਨ ਨਹੀਂ ਹੈ, ਭੋਰਾ ਦੀਨ ਮਾਨ ਨਹੀਂ ਹੈ, ਮਾਂ ਆਖੇ ਮੇਰਾ ਜੱਡ ਹੈ, ਵੀ ਉਹ ਕਹਿੰਦਾ ਕੁੱਤੇ ਦਾ ਹੱਡ ਹੈ, ਰੋਹੇ ਪੁਆੜੇ ਪਾਈ ਜਾਵੇ, ਝੂਠ ਬੋਲ ਕੇ ਉਂਗਲਾਂ ਉੱਤੇ ਨਚਾਈ ਜਾਵੇ, ਜਿੱਥੇ ਵੇਖੇ ਲਾਈ ਜਾਵੇ ਤੇ ਤੇਲ ਭਾ ਮਚਾਈ ਜਾਵੇ, ਲੀਲੇ ਜਾਂ ਚਿੱਟੇ ਨੇ ਬਸ ਤਨ ਤੇ ਥਾਂ ਤਾਂ ਛਿੱਟੇ ਨੇ, ਸਾਧ ਕਹਾਵੇ ਚੋਰ ਚੱਕਾ, ਝੂਠ ਬੋਲ ਕੇ ਰੱਬ ਦੇ ਨਾਂ ਤੇ ਕਰਦੇ ਧੱਕਾ, ਵੇਖਣ ਨੂੰ ਸ਼ੈਤਾਨ ਨਹੀਂ ਹੈ, ਕੱਲਾ ਫੀਰ ਕਮਾਨ ਨਹੀਂ ਹੈ, ਜਿਹੜੇ ਵੱਜੇ ਤਾਂ ਹੀ ਰੋਵੇ, ਕੋਠੇ ਚੜ੍ਹ ਚੜ ਤਾਂ ਹੀ ਰੋਵੇ, ਧੋਤੀ ਟੋਪੀ ਨੀਲੀ ਚਿੱਟੀ ਇਹਨੂੰ ਪਾ ਕੇ ਜਾਵੇ ਫਿੱਟੀ, ਡੇਰੇ ਵਿੱਚ ਬੈਠ ਕੇ ਝੂਠ ਬੋਲਦਾ, ਉੱਥੋਂ ਉੱਠ ਕੇ ਸੰਤ ਕਹਾਉਂਦਾ, ਲੱਗਦਾ ਨੀ ਇਹ ਝੱਗਾ ਪੂਰਾ, ਨਾ ਪਿੰਡ ਨਾ ਝੱਗਾ ਪੂਰਾ, ਬੰਦਾ ਕਿਹਨੂੰ ਕਹੀਏ ਭੌਰੇ, ਕਹੀਏ ਕੌਣ ਮਨੁੱਖ, ਇਸੇ ਗੱਲ ਦਾ ਝੋਰਾ ਹੈ ਤੇ ਝੂਠ ਬੋਲਦੇ ਆ, ਇਸੇ ਗੱਲ ਦਾ ਦੁੱਖ, ਇਸੇ ਗੱਲ ਦਾ ਝੋਰਾ, ਜਦੋਂ ਗੱਲ ਗੱਲ ਦੇ ਝੂਠ ਬੋਲਦੇ ਸੰਤ ਵੀ ਇਸੇ ਗੱਲ ਦਾ ਝੋਰਾ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਬ੍ਰੇਕ ਲੈਂਦੇ ਹਾਂ, ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਹਾਜ਼ਰ ਅਤੇ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ ਹੈਲੋ ਜੀ, ਤੁਸੀਂ ਆਉਂਦੇ ਹੋ ਜੀ? ਹੁਣ ਚੇਤਾ ਭੁੱਲ ਗਿਆ ਕੀ ਸੀ। ਹਾਂਜੀ ਸਤਿ ਸ਼੍ਰੀ ਅਕਾਲ ਜੀ,
ਆ ਗਿਆ ਜੱਗੀ ਫੇਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪ੍ਰੇਮਪੁਰਾ ਸਾਹਿਬ। ਹੈਲੋ ਜੀ, ਹੈਲੋ, ਤੁਸੀਂ ਆਉਂਦੇ ਹੋ ਜੀ? ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੱਗੀ ਜੀ, ਕੀ ਹਾਲ ਆ? ਵਧੀਆ, ਤੁਹਾਡੀ ਆਵਾਜ਼ ਮਾੜਾ ਹੋਰ ਰੱਖੋ, ਤੁਹਾਡੀ ਆਵਾਜ਼ ਜਿਹੜੀ ਹੈ, ਤੁਹਾਡੀ ਆਵਾਜ਼ ਸੁਣ ਪਈ ਸੀ ਵੀ ਆ ਗਿਆ ਜੱਗੀ ਫੇਰ। ਆ ਗਿਆ ਜੱਗੀ, ਚਲੋ ਕੋਈ ਨਹੀਂ। ਹੋਰ ਸੁਣਾਓ, ਠੀਕ ਠਾਕ? ਹੋਰ ਠੀਕ ਹੈ, ਆਪਣਾ ਸੁਣਾਓ ਕਿੱਦਾਂ? ਕਿਰਪਾ ਕਿਰਪਾ, ਹਾਂਜੀ, ਕੀ ਵਿਚਾਰ ਨੇ? ਬਾਕੀ ਇਹ ਵਿਚਾਰ ਹੈ ਜਾਂ ਝੂਠ ਦਾ ਚੱਲਦੇ ਆ ਨਾ। ਮੈਂ ਹੁਣੇ ਇੱਕ ਕਹਾਣੀ ਸੁਣੀ ਹੈ, ਇੱਕ ਆਪਣੇ ਬਹੁਤ ਸੋਹਣੀ ਸੁਣਾ ਰਿਹਾ ਸੀ। ਉਹ ਕਹਿੰਦਾ ਚਾਰ ਜਾ ਰਹੇ ਸੀ, ਇੱਕ ਬੁੱਧੀ, ਕੀ ਹੁੰਦਾ ਹੈ, ਬੁੱਧੀ ਭਗਤੀ, ਬੁੱਧੀ ਭਗਤੀ, ਇੱਕ ਸੀ ਉਦਾਂ ਭਗਤੀ ਭਗਤੀ ਜੋਗੀ, ਭਗਤੀ ਜੋਗੀ ਜੋਗੀ ਸੀ ਕਹਿੰਦੇ, ਇੱਕ ਸੀ ਕਿਰਿਆ ਜੋਗੀ ਤੇ ਇੱਕ ਕਰਮ ਜੋਗੀ। ਇਹ ਇੱਕ ਦੂਜੇ ਤੇ ਏਦਾਂ ਚਿੱਕੜ ਸੁੱਟਦੇ ਸੀ, ਤੂੰ ਮਾੜਾ ਆ ਤੂੰ ਮਾੜਾ ਆ। ਅੱਛਾ ਜੀ। ਹੈ ਜਾਨੂ ਆ ਗਿਆ ਮੀਂਹ ਝੱਖੜ ਜੰਗਲ ਚ ਜਾ ਰਹੇ ਸੀ ਜੀ। ਉਹ ਜਿਹੜਾ ਭਗਤੀ ਜੋਗੀ ਆ ਉਹ ਕਹਿੰਦਾ ਇੱਕ ਹੈਗਾ ਮੰਦਿਰ, ਉੱਥੇ ਚੱਲਦੇ ਆ, ਦੌੜ ਕੇ ਉੱਥੇ ਵੜ ਗਏ ਜੀ। ਪੁਰਾਣਾ ਮੰਦਿਰ ਸੀ ਜੀ ਜੀ, ਉੱਥੇ ਸੀ। ਉਹ ਵੀ ਜਦ ਦੇਖਿਆ ਤਾਂ ਉੱਥੇ ਦੂਰ ਦੀ ਹਵਾ ਆ ਰਹੀ ਸੀ, ਉਹਨੇ ਜਿਹੜੀ ਮੂਰਤੀ ਸੀ ਨਾ ਉਹਦੇ ਦੁਆਲੇ ਬਹਿ ਗਏ। ਅੱਛਾ ਜੀ। ਉਹਦੇ ਦੁਆਲੇ ਬਹਿ ਗਏ ਤਾਂ ਇੰਨਾ ਝੱਖੜ ਜ਼ੋਰ ਦੀ ਸੀ, ਮੀਂਹ ਫੇਰ ਵੀ ਆ, ਉਹਨੇ ਮੂਰਤੀ ਨੂੰ ਆਪੇ ਫੜ ਕੇ ਬਹਿ ਗਿਆ ਜੱਫੀਆਂ ਪਾ ਕੇ। ਅੱਛਾ ਜੀ। ਜਾਨੂ ਪ੍ਰਗਟ ਹੋ ਗਈ ਮੂਰਤੀ ਭਗਵਾਨ ਦੀ। ਉਹ ਕਹਿੰਦੇ ਵੀ ਇੱਕ ਤੂੰ ਅਰਲੀ ਹੋ ਗਿਆ, ਕਹਿੰਦਾ ਮੈਂ ਇਹੀ ਚਾਹੁੰਦਾ ਸੀ ਕਿਤੇ ਚਾਰ ਬੇਵਕੂਫ ਇਕੱਠੇ ਹੋਣ ਤੇ ਮੈਂ ਉਦੋਂ ਪ੍ਰਗਟ ਹੋਵਾਂ ਤੇ ਤੁਸੀਂ ਹੁਣ ਸੌ ਇਕੱਠੇ ਹੋ ਗਏ ਆ ਤੇ ਇੱਕ ਦੂਜੇ ਤੇ ਇੰਨਾ ਚਿੱਕੜ ਕਾਹਨੂੰ ਛੁੱਟਦੇ ਆ। ਇੱਕ ਹੋ ਰਿਹਾ ਝੂਠ ਦੀ ਮੈਂ ਤੁਹਾਨੂੰ ਦੱਸਣਾ ਪੋਲੀਟਿਕਸ ਦੀ। ਉਹ ਲੀਡਰ ਨੇ ਆਪਣੇ ਮੁੰਡੇ ਨੂੰ ਕਿਹਾ ਕਾਕਾ ਪੋਲੀਟਿਕਸ ਚੋਣਾ, ਜੋ ਕਹਿਣਾ ਤੂੰ ਮੰਨਣਾ ਪੈਣਾ ਤੈਨੂੰ। ਉਹ ਕਹਿੰਦਾ ਕੋਠੇ ਤੋਂ ਛਾਲ ਮਾਰ, ਮੈਂ ਤੈਨੂੰ ਫੜ ਲਊਗਾ। ਮੁੰਡੇ ਨੇ ਕੋਠੇ ਤੋਂ ਛਾਲ ਮਾਰ ਦਿੱਤੀ ਤੇ ਉਹ ਥੱਲੇ ਡਿੱਪਿਆ, ਲੱਤਾਂ ਬਾਹਾਂ ਟੁੱਟ ਗਈ ਆ। ਉਹ ਕਹਿੰਦਾ ਇਹ ਤਾਂ ਲੀਡਰਾਂ ਦਾ ਝੂਠ ਬੋਲਣ ਦਾ ਹੈਗਾ ਸਾਡਾ, ਇਹ ਵਿਸ਼ਵਾਸ ਨਾ ਕਰੋ ਕਿਸੇ ਲੀਡਰ ਦਾ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਤੁਹਾਡਾ। ਹੈਲੋ 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 ਜੀ, ਕੰਮ ਸ਼ੁਰੂ ਕਰਨਾ ਸੀ ਮੇਰੇ ਕੋਲ 1 ਵਜੇ ਦੁਪਹਿਰ ਨੂੰ। ਮੈਨੂੰ 11 ਵਜੇ ਕਾਲ ਆਈ ਉਹਦੀ, ਕਹਿੰਦੀ ਵੀ ਮੇਰਾ ਡੈਡੀ ਬਹੁਤ ਬਾਹਰ ਆ, ਮੈਂ ਚੱਲੀ ਆ ਮੈਕਸੀਕੋ, ਮੈਂ ਇਸ ਵੇਲੇ ਚੱਲੀ ਆ ਜੀ। ਮੈਂ ਕਿਹਾ ਜੀ ਠੀਕ ਹੈ, ਮੈਂ ਸੱਚ ਮੰਨ ਲਿਆ ਜੀ ਮੈਂ ਠੀਕ ਆ। ਉਹਨੂੰ ਇਹ ਨੀ ਪਤਾ ਮੈਂ ਉਸ ਸ਼ਹਿਰ ਚ ਜਿੱਥੇ ਮੈਂ ਕੰਮ ਕਰਦਾ ਉੱਥੇ ਰਹਿੰਦਾ ਮੈਂ, ਉਹ ਇਹ ਨੀ ਪਤਾ ਸੀ ਨਾ। ਮੈਂ ਜਦੋਂ 5 ਵਜੇ ਆਪਣੇ ਘਰ ਆਇਆ ਤੇ ਮੈਂ ਗੱਡੀ ਆਪਣੇ ਗਰਾਹ ਚ ਲਾਈ ਤਾਂ ਮੈਂ ਬਾਹਰ ਘੁੰਮਣ ਲੱਗ ਪਿਆ ਨਾ, ਮੇਰੇ ਮੂੰਹ ਤੇ ਉਹ ਕਾਰ ਲੈ ਕੇ ਲੰਘੀ ਜੀ। ਉਹਨੇ ਬਲੂਨ ਵੀ ਲਾਇਓ ਬਣੀ ਵੈਲੈਂਟਾਈਨ ਡੇ ਸੀ ਤੇ ਮੈਂ ਕਿਹਾ ਵੀ ਤੂੰ ਉਦੋਂ ਉੱਕੜੀ ਜਾਂਦੀ ਜੀ ਮੈਂ ਕੰਮ ਕਰਦੀ ਹੈ। ਮੈਂ ਕਿਹਾ ਗੱਡੀ ਉਹ ਲੰਘੀ ਨਾ, ਮੈਂ ਨਾ ਆਪਣੇ ਘਰ ਦੇ ਫੋਨ ਤੋਂ ਆਪਣੀ ਬੇਟੀ ਨੂੰ ਕਿਹਾ ਮੈਂ ਇਸ ਨੰਬਰ ਤੇ ਫੋਨ ਬਣਾ ਲੂੰ ਕੁੜੀ ਨੂੰ ਫੋਨ ਕਰ। ਉਹਨੇ ਮੈਨੂੰ ਫੋਨ ਕੀਤਾ, ਕਹਿੰਦੀ ਵੀ ਆਵਾਜ਼ ਬੰਦ ਕੇ ਕਿਹਾ ਵੀ ਤੂੰ ਕਿੱਥੇ ਆ? ਕਹਿੰਦੀ ਮੈਂ ਇੱਥੇ ਆ, ਕਹਿੰਦੀ ਆਪਣੇ ਬੁਆਏਫ੍ਰੈਂਡ ਕੋਲ ਆ ਤੇ ਮੈਂ ਇਹ ਫੋਨ ਤੇ ਗੱਲ ਕਰਨ ਲੱਗ ਪਿਆ। ਮੈਂ ਕਿਹਾ ਵੀ ਤੂੰ ਤਾਂ ਕਹਿੰਦੀ ਮੇਰਾ ਡੈਡੀ ਬਹੁਤ ਆ ਰਿਹਾ। ਚਲੋ ਜੀ, ਮਿਹਰਬਾਨੀ। ਇਹ ਝੂਠ ਜਿਹੜੇ ਆਮ ਬਿਜ਼ਨਸ ਦੇ ਵਿੱਚ ਝੂਠ ਬਹੁਤ ਆਮ ਜੀ ਗੱਲ ਹੈਗੀ ਆ। ਇੰਪਲਾਈ ਜਾਂ ਬੋਲਦੇ ਜਾਂ ਜਿਹੜੇ ਆਪਾਂ ਬਿਜ਼ਨਸ ਕਰਦੇ ਹਾਂ ਉਹਨਾਂ ਨੂੰ ਵੀ ਕਈ ਵਾਰੀ ਬੋਲਣਾ ਪੈਂਦਾ ਕਿਸੇ ਨਾ ਕਿਸੇ ਜਗ੍ਹਾ 'ਤੇ ਜਾ ਕੇ। ਪਰ ਜਿਹੜੇ ਬਿਨਾਂ ਵਜ੍ਹਾ ਬੇਲੋੜਾ ਝੂਠ ਬੋਲਦੇ ਨੇ ਜਾਂ ਜਿਹਨਾਂ ਬੰਦਿਆਂ 'ਤੇ ਸਾਨੂੰ ਕਦੇ ਉਮੀਦ ਹੀ ਨਹੀਂ ਵੀ ਇਹ ਬੰਦੇ ਝੂਠ ਬੋਲਣਗੇ, ਜਿਹੜੇ ਸਾਡੇ ਮੋਹਰੀ ਨੇ, ਚਾਹੇ ਉਹ ਸਾਡੇ ਪੋਲੀਟਿਕਸ ਦੇ ਵਿੱਚ ਮੋਹਰੀ ਨੇ, ਚਾਹੇ ਸਾਡੇ ਧਰਮ ਦੇ ਵਿੱਚ ਮੋਹਰੀ ਨੇ, ਚਾਹੇ ਸਾਡੇ ਸੱਭਿਆਚਾਰ ਦੇ ਵਿੱਚ ਮੋਹਰੀ, ਜਦੋਂ ਉਹ ਝੂਠ ਬੋਲਦੇ ਉਦੋਂ ਬੜਾ ਦੁੱਖ ਹੁੰਦਾ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਜੀ ਬਹੁਤ ਥੋੜ੍ਹਾ ਸਮਾਂ, ਪਰ ਇੱਕ ਅੱਧੀ ਕਾਲ ਲੈ ਲੈਂਦੇ ਫਟਾਫਟ। ਹੈਲੋ 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 ਜੱਗੀ ਸਾਹਿਬ। ਹਾਂਜੀ ਹਾਂਜੀ, ਪੈਰੀ ਪਹਿਨਾ ਜੀ, ਪੈਰੀ ਪਹਿਨਾ, ਤੁਹਾਡੀ ਆਖਰੀ ਕਾਲ ਹੋਏਗੀ, ਕਾਲਾਂ ਬਹੁਤ ਭਰੀਆਂ ਪਈਆਂ। ਹਾਂਜੀ ਹਾਂਜੀ, ਜਿਉਂਦਾਬਾਦ ਦਾਰਾ ਪੁੱਤ ਚੱਲ ਗੱਲਾਂ ਕਰਕੇ ਆ ਜਿਹੜੀ ਹੈਗੀ ਚੈਨਾ ਹੈ ਲੈਣਾ, ਇਹ ਤਾਂ ਬਹੁਤ ਖਤਰਨਾਕ ਹੈ, ਮੇਰੀ ਭੈਣ ਨੇ ਜਾਣਾਗਾ। ਹਾਂ ਜਿਹੜਾ ਵਾਇਰਸ ਹੈ, ਹਾਂ ਧਿਆਨ ਰੱਖੀ, ਇਹ ਤਾਂ ਬਾਹਲੀ ਭੜੀ ਹੈ।
ਹਜੇ ਕਾਫੀ ਸਾਰੀਆਂ ਗੱਲਾਂ ਤੇ ਉਹਨਾਂ ਕੋਲੋਂ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿ ਹੋਰ ਕਾਲ ਜਿਹੜੀ ਉਹ ਨਹੀਂ ਲੈ ਹੋਣੀ। ਸਮਾਂ ਅੱਗੇ ਆਗਿਆ ਨਹੀਂ ਦੋ ਹੁੰਦਾ ਜਿਹੜਾ ਤੇ ਝੂਠ ਜਿਹੜੀ ਗੱਲ ਹੈ ਝੂਠ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਵਾਹ ਲੱਗਦਿਆਂ ਨਾ ਹੀ ਬੋਲਿਆ ਜਾਵੇ। ਜੇ ਬਾਹਲਾ ਸਰਦਾ ਹੀ ਨਹੀਂ ਹੈਗਾ ਫਿਰ ਤਾਂ ਝੂਠ ਬੋਲਣਾ ਪੈਂਦਾ ਹੀ ਹੈ, ਐਸੀ ਗੱਲ ਨਹੀਂ। ਝੂਠ ਸਾਰੇ ਬੋਲ ਜਾਂਦੇ ਜੀ, ਚਾਹੇ ਕੋਈ ਚੰਗਾ ਚੋ ਮਾੜਾ, ਚਾਹੇ ਪੀਟਰ ਆ, ਚਾਹੇ ਮਲੂਕ ਆ ਜੀ, ਚਾਹੇ ਕੋਈ, ਹਰ ਬੰਦਾ ਬੋਲ ਜਾਂਦਾ ਝੂਠ ਹੈ। ਹਾਂਜੀ ਚਲੋ ਖੈਰ, ਉਮੀਦ ਕਰਦਾ ਇਹਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਨਾਲ ਦੀ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ। ਜੋ ਸਾਡਾ ਯੂਟਿਊਬ ਚੈਨਲ ਜਿਹੜਾ ਜਸ ਪੰਜਾਬੀ ਦਾ, ਉੱਥੇ ਵੀ ਸਾਡੇ ਸਾਰੇ ਪ੍ਰੋਗਰਾਮ ਪਏ ਹੁੰਦੇ ਨੇ। ਫੇਸਬੁੱਕ ਜਸ ਪੰਜਾਬੀ ਹੈਗਾ ਪਾਓਗੇ ਤਾਂ ਉੱਥੇ ਵੀ ਸਾਨੂੰ ਤੁਹਾਨੂੰ ਸਾਰੀ ਜਾਣਕਾਰੀ, ਸਾਰੇ ਪ੍ਰੋਗਰਾਮ ਮਿਲ ਜਾਂਦੇ ਨੇ ਸਾਡੇ। ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-2। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।